ਵੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਔਨ ਦ ਗਰਾਊਂਡ ਤੁਹਾਨੂੰ ਰਿਪੋਰਟਿੰਗ ਪ੍ਰੋਵਾਈਡ ਕਰ ਰਹੇ ਹਾਂ ਦਿੱਲੀ ਪਹੁੰਚੀ ਸਾਡੀ ਟੀਮ ਨਿਊਜ਼ ਦੀ ਟੀਮ ਸਾਡੀ ਡੇ 1 ਤੋਂ ਗਰਾਊਂਡ ਤੋਂ ਤੁਹਾਨੂੰ ਵੱਖ-ਵੱਖ ਜਾਣਕਾਰੀ ਤੇ ਅਪਡੇਟਸ ਪ੍ਰੋਵਾਈਡ ਕਰ ਰਹੀ ਹੈ ਤੇ ਮੈਨੂੰ ਵੀ ਮੌਕਾ ਮਿਲਿਆ ਇੱਥੇ ਪਹੁੰਚ ਕੇ ਤੁਹਾਨੂੰ ਕੁਝ ਪ੍ਰੋਗਰਾਮਿੰਗ ਕੁਝ ਇਨ-ਡੈਪਥ ਅਨਾਲਿਸਿਸ ਤੇ ਕੁਝ ਉਹਨ ਇੰਡੀਵਿਜੂਅਲਸ ਦੇ ਨਾਲ ਮਿਲਾਨ ਦੀ ਜੋ ਇਨ ਐਕਟਸ ਦੀ ਜਾਣਕਾਰੀ ਰੱਖਦੇ ਇੱਥੇ ਦੇ ਹਾਲਾਤਾਂ ਦੀ ਜਾਣਕਾਰੀ ਰੱਖਦੇ ਤੇ ਹੁਣ ਜੋ ਸਾਡੀ ਮੇਨ ਗੱਲ ਰਹਿ ਗਈ ਕਿਸ ਤਰ੍ਹਾਂ ਇਹ ਸੰਘਰਸ਼ ਰਿਜ਼ੋਲਵ ਹੋ ਸਕਦਾ ਹੈ ਇਹਦਾ ਕੀ ਹੱਲ ਨਿਕਲ ਸਕਦਾ ਹੈ ਉਹਦੀ ਜਾਣਕਾਰੀ ਰੱਖਦੇ ਆ ਤੁਸੀਂ ਆਲਰੇਡੀ ਮੇਰੇ ਅੱਜ ਨੈਕਸਟ ਗੈਸਟ ਨੂੰ ਮਿਲੇ ਹੋਏ ਹੋ ਬਟ ਅੱਜ ਸਾਨੂੰ ਮੌਕਾ ਮਿਲ ਰਿਹਾ ਹੈ ਇਹਨਾਂ ਨੂੰ ਔਨ ਦ ਗਰਾਊਂਡ ਟਿਕਰੀ ਬਾਰਡਰ ਤੇ ਇਹਨਾਂ ਦੇ ਨਾਲ ਗੱਲ ਕਰਨ ਦਾ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਆਰ ਗੈਸਟ ਟੁਨਾਈਟ ਐਡਵੋਕੇਟ ਵੀਰ ਸੰਧੂ ਜੀ ਸਭ ਤੋਂ ਪਹਿਲੇ ਸੰਧੂ ਜੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੰਧੂ ਜੀ ਤੁਸੀਂ ਸਾਡੇ ਨਾਲ ਰੀਸੈਂਟਲੀ ਜੁੜੇ ਸਟੂਡੀਓ ਵਿੱਚ ਸਾਡੇ ਤੁਸੀਂ ਸਕਾਈਪ ਰਾਹੀਂ ਜੁੜੇ ਸੀ ਬਟ ਮੈਂ ਇਨ ਐਕਟਸ ਨੂੰ ਲੈ ਕੇ ਜੋ ਇਨਫੋਰਮੇਸ਼ਨ ਜੋ ਐਕਸਪਰਟੀਜ਼ ਤੁਹਾਡੇ ਕੋਲ ਹੈ ਜੋ ਤੁਸੀਂ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪੜ੍ਹ ਕੇ ਡੀਪ ਡਾਈਵ ਕਰਕੇ ਹਾਸਲ ਕੀਤੀ ਹੈ ਉਸ ਤੋਂ ਪਹਿਲੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਟਿਕਰੀ ਬਾਰਡਰ ਤੁਸੀਂ ਇੱਕ ਇੰਡੀਵਿਜੂਅਲ ਇੱਕ ਕਿਸਾਨ ਇਸ ਸੰਘਰਸ਼ ਦੇ ਐਕਟਿਵ ਪਾਰਟਿਸਿਪੈਂਟ ਹੋਣ ਦੇ ਨਾਤੇ ਤੁਹਾਡੀ ਇੱਥੇ ਸੇਵਾ ਲੱਗ ਰਹੀ ਹੈ ਤੁਹਾਡੀ ਇੱਥੇ ਹਾਜ਼ਰੀ ਲੱਗ ਰਹੀ ਹੈ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਸੰਧੂ ਜੀ ਤੁਸੀਂ ਇੱਥੇ ਕਿਉਂ ਪਹੁੰਚੇ ਕੀ ਤੁਹਾਡੀ ਸੇਵਾ ਲੱਗ ਰਹੀ ਹੈ ਇੱਥੇ ਦੇਖੋ ਇਹ ਸਾਰੇ ਕਿਸਾਨ ਵੀਰ ਜਿਹੜੇ ਨੇ ਪੰਜਾਬ ਤੋਂ ਆ ਕੇ ਇੱਥੇ ਬੈਠੇ ਹੋਏ ਨੇ ਇਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਦੀ ਲੋੜ ਹੈ ਜਿਹੜੀ ਇਮੀਡੀਏਟਲੀ ਲੋੜ ਹੈ ਇਹ ਲੋਕ ਇੱਥੋਂ ਜਾ ਨਹੀਂ ਸਕਦੇ ਸੋ ਅਸੀਂ ਮੈਂ ਦਿੱਲੀ ਦਾ ਰੈਜੀਡੈਂਟ ਹੈਗਾ ਜੇ ਇਹਨਾਂ ਨੂੰ ਚੀਜ਼ ਇਮੀਡੀਏਟਲੀ ਚਾਹੀਦੀ ਮੈਨੂੰ ਪਤਾ ਕਿੱਥੋਂ ਮਿਲ ਜਾਏ ਕਿੱਥੋਂ ਨਹੀਂ ਮਤਲਬ ਆਈ ਐਮ ਨਾਟ ਟਾਕਿੰਗ ਅਬਾਊਟ ਮਾਈਸੈਲਫ ਦਿੱਲੀ ਦੇ ਬਹੁਤ ਸਾਰੀ ਸੰਗਤ ਜਿਹੜਾ ਇਹ ਇੱਕ ਫਰਜ਼ ਨਿਭਾ ਰਹੀ ਹੈ ਇਹਨਾਂ ਨੂੰ ਚੀਜ਼ ਚਾਹੀਦੀ ਹੈ ਇਮੀਡੀਏਟਲੀ ਪਹੁੰਚ ਜਾਂਦੀ ਹੈ ਇਹ ਸਾਡੀ ਡਿਊਟੀ ਹੈ ਕਿਉਂਕਿ ਹੁਣ ਸਾਡੇ ਗੈਸਟ ਨੇ ਅਤੇ ਸਾਡੇ ਘਰ ਆਏ ਨੇ ਤਾਂ ਅਸੀਂ ਇਹਨਾਂ ਦੀ ਹੈਲਪ ਕਰਨੀ ਕਰਨੀ ਬਾਕੀ ਤੁਸੀਂ ਹੁਣ ਗਰਾਊਂਡ ਰਿਐਲਿਟੀਜ਼ 'ਤੇ ਆਏ ਹੋ ਤੁਹਾਨੂੰ ਗਰਾਊਂਡ ਰਿਐਲਿਟੀਜ਼ 'ਤੇ ਆ ਕੇ ਪਤਾ ਲੱਗ ਗਿਆ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਬੈਠੇ ਅੱਜ ਇਹ ਜਿਸ ਹਾਲਾਤ ਦੇ ਵਿੱਚ ਕਿਸਾਨ ਬੈਠਾ ਹੈ ਇਹਨੂੰ ਬੈਠਣਾ ਨਹੀਂ ਚਾਹੀਦਾ ਸੀ ਇਹਨੂੰ ਬਿਠਾਉਣ ਦਾ ਰੀਜ਼ਨ ਜਾਂ ਕਾਰਨ ਕੀ ਹੈ ਉਹ ਇਹ ਐਕਟ ਜਿਹੜਾ ਆ ਗਿਆ ਤੁਸੀਂ ਇਹ ਕਹਿੰਦੇ ਹੋ ਵੀ ਇਹ ਐਕਟ ਜਿਹੜਾ ਬਣਾ ਦਿੱਤਾ ਕਿਸਾਨਾਂ ਦੇ ਫੇਵਰ ਦੇ ਵਿੱਚ ਹੈ ਜੇ ਉਹਨਾਂ ਨੂੰ ਫੇਵਰ ਤਾਂ ਹੁੰਦਾ ਤਾਂ ਉਹਨਾਂ ਨੇ ਕਹਿਣਾ ਠੀਕ ਹੈ ਘਰੇ ਬੈਠਦੇ ਹਾਂ ਅਸੀਂ ਕਿਸਾਨ ਨੂੰ ਤਾਂ ਇਹ ਵੀ ਕਹਿ ਰਹੇ ਕਿ ਉਹਨਾਂ ਦੇ ਨਾਲ ਆਪਾਂ ਸਾਰੇ ਸਟੇਕ ਹੋਲਡਰਸ ਦੇ ਨਾਲ ਅਗਵਾਈ ਕਰਕੇ ਉਹਨਾਂ ਦੇ ਨਾਲ ਮੀਟਿੰਗਸ ਡਿਸਕਸ਼ਨਸ ਕਰਕੇ ਇਹ ਐਕਟਸ ਅੱਗੇ ਲੈ ਕੇ ਆਏ ਹਨ ਬਟ ਇਹ ਤਾਂ ਚੀਜ਼ ਆਈ ਮੀਨ ਆਰਟੀਆਈ ਸਾਨੂੰ ਦੱਸਦੀ ਹੈ ਕਿ ਇਹਦਾ ਕੋਈ ਰਿਕਾਰਡ ਹੀ ਹੈ ਇਨ ਮੀਟਿੰਗਸ ਦਾ ਉਹ ਆਰਟੀਆਈ ਦੇ ਵਿੱਚ ਇਸ ਕਰਕੇ ਨਹੀਂ ਅਵੇਲੇਬਲ ਹੈ ਜੀ ਦੇਖੋ ਇਹ ਜਿਹੜਾ ਗਵਰਨਮੈਂਟ ਦਾ ਕਲੇਮ ਹੈ ਕਿ ਇਹ ਅਸੀਂ ਸਾਰਿਆਂ ਨੇ ਡਿਸਕਸ਼ਨ ਕੀਤਾ ਇਹ ਦੇਖੋ ਮੈਂ ਤੁਹਾਨੂੰ ਲਾਸਟ ਐਪੀਸੋਡ ਦੱਸਿਆ ਸੀਗਾ ਆਰਡੀਨੈਂਸ ਦੇ ਥਰੂ ਕਿੱਦਾਂ ਬਿੱਲ ਬਣਦਾ ਐਕਟ ਬਣਦਾ ਅਤੇ ਬਿੱਲ ਦੇ ਥਰੂ ਕਿੱਦਾਂ ਬਣਦਾ ਹੁਣ ਜਦੋਂ ਆਰਡੀਨੈਂਸ ਦੇ ਥਰੂ ਆਇਆ ਆਰਡੀਨੈਂਸ ਪ੍ਰੈਜ਼ੀਡੈਂਟ ਨੇ ਪਾਸ ਕਰਨਾ ਉਹਦਾ ਪਹਿਲਾ ਰੀਜ਼ਨ ਜਿਹੜੀ ਉਹਦੇ ਕੋਲ ਪਹਿਲੀ ਰਿਕੁਆਇਰਮੈਂਟ ਹੈ ਕਿ ਇਮੀਡੀਏਟ ਰਿਕੁਆਇਰਮੈਂਟ ਹੈ ਉਹਨੂੰ ਲੱਗਦਾ ਕਿ ਇਹ ਐਮਰਜੈਂਸੀ ਆ ਗਈ ਹੈ ਮੈਂ ਬਣਾਉਣਾ ਐਕਟ ਜੀ ਜਦੋਂ ਐਕਟ ਐਮਰਜੈਂਸੀ 'ਚ ਬਣਿਆ ਤਾਂ ਪ੍ਰੈਜ਼ੀਡੈਂਟ ਨੇ ਬਣਾਇਆ ਡਿਸਕਸ਼ਨ ਕਿਹਨੇ ਕਰਨੀ ਸੀ ਜੀ ਉਹਨੇ ਆਰਡੀਨੈਂਸ ਬਣਾ ਕੇ ਪਾਰਲੀਮੈਂਟ 'ਚ ਦੇ ਦਿੱਤਾ ਆਰਡੀਨੈਂਸ ਬਣਾਉਣ ਦਾ ਦੂਸਰਾ ਰੀਜ਼ਨ ਸੀਗਾ ਕਿ ਉਹ ਅਵੋਇਡ ਕਰਨਾ ਚਾਹੁੰਦੇ ਸੀਗੇ ਕਿ ਰਾਜ ਸਭਾ ਅਤੇ ਲੋਕ ਸਭਾ 'ਤੇ ਵੀ ਡਿਸਕਸ਼ਨ ਨਾ ਹੋਏ ਉਹ ਉਹਨਾਂ ਨੇ ਲੋਕ ਸਭਾ ਰਾਜ ਸਭਾ 'ਚ ਡਿਸਕਸ਼ਨ ਨਹੀਂ ਕੀਤੀ ਤੁਸੀਂ ਕਹਿੰਦੇ ਕਿਸਾਨਾਂ ਨੂੰ ਪੁੱਛਿਆ ਇਹ ਤਾਂ ਬਿਲਕੁਲ ਰੈਡੀਕਲਸ ਸੀ ਉਹਨਾਂ ਦੀ ਗੱਲ ਹੈਗੀ ਹੈ ਕਿ ਤੁਸੀਂ ਜਿਹੜੇ ਉਹਨਾਂ ਦੇ ਚੁਣੇ ਹੋਏ ਨੁਮਾਉਂਦੇ ਉਹਨਾਂ ਨਾਲ ਨਹੀਂ ਗੱਲ ਕੀਤੀ ਉਹਨਾਂ ਦੀ ਨਹੀਂ ਸੁਣੀ ਕਿਸਾਨਾਂ ਕੋਲ ਜਾਣ ਦਾ ਸਾਡੇ ਕੋਲ ਟਾਈਮ ਕਿੱਥੇ ਸੀਗਾ ਜੀ ਜੀ ਉਹ ਵੀ ਸੈਕਿੰਡ ਥਿੰਗ ਕੋਵਿਡ ਦੇ ਵਿੱਚ ਜੀ ਆਫ ਕੋਰਸ ਕੋਵਿਡ ਦੇ ਵਿੱਚ ਜਦ ਸਾਰਾ ਲੋਕਡਾਊਨ ਸੀਗਾ ਜੀ ਸੰਧੂ ਜੀ ਇੱਕ ਵਾਰੀ ਫਿਰ ਮੈਂ ਆਪਣੀ ਅੱਖੋਂ ਦੇਖਿਆ ਤੁਸੀਂ ਟਿਕਰੀ ਬਾਰਡਰ ਤੇ ਖਾਸ ਕਰਕੇ ਜਿੱਥੇ ਆਪਾਂ ਮੌਜੂਦ ਹਨ ਆਰ ਕੇ ਫਿਲਿੰਗ ਸਟੇਸ਼ਨ ਇੱਥੇ ਵੱਖ ਵੱਖ ਜਥੇਬੰਦੀਆਂ ਆਪਣੀ ਸੇਵਾਵਾਂ ਹਾਜ਼ਰੀਆਂ ਲਗਾ ਰਹੀਆਂ ਤੁਹਾਡੀ ਥੋੜ੍ਹੀ ਜਿਹੀ ਮੈਂ ਚਾਹਾਂਗੀ ਤੁਸੀਂ ਕੰਟਰੀਬਿਊਸ਼ਨ ਦੱਸੋ ਇਹ ਕਿੱਥੇ ਰਹਿਣ ਬਸੇਰਾ ਬਣ ਰਿਹਾ ਉਹਦੇ ਵਿੱਚ ਤੁਹਾਡਾ ਬਹੁਤ ਪ੍ਰੋਮੀਨੈਂਟ ਰੋਲ ਦੇਖੋ ਕੰਟਰੀਬਿਊਸ਼ਨ ਮੇਰੀ ਨਹੀਂ ਦੇਖੋ ਇੱਥੇ ਸਾਰੇ ਜਿਹੜੇ ਹਨ ਇੱਕ ਦੂਸਰੇ ਦਾ ਹੱਥ ਫੜ ਕੇ ਚੱਲੇ ਹੋਏ ਹਰ ਬੰਦਾ ਕਹਿ ਰਿਹਾ ਜੀ ਆਹ ਚੀਜ਼ ਕਰ ਲਈਏ ਹਰ ਬੰਦਾ ਦੂਸਰੇ ਬੰਦੇ ਨੂੰ ਪੁੱਛ ਰਿਹਾ ਤੈਨੂੰ ਕੀ ਪ੍ਰੋਬਲਮ ਹੈ ਇਹ ਮਤਲਬ ਕਾਫੀ ਟਾਈਮ ਦੇ ਬਾਅਦ ਇੱਦਾਂ ਦਾ ਆਇਆ ਕਿ ਹਰ ਆਦਮੀ ਦੂਸਰੇ ਬੰਦੇ ਦਾ ਸੋਚ ਰਿਹਾ ਤੈਨੂੰ ਤਕਲੀਫ ਤਾਂ ਨਹੀਂ ਹੈਗੀ ਤੈਨੂੰ ਤਕਲੀਫ ਹੈਗੀ ਹੈ ਅਤੇ ਉਹ ਦੂਸਰੇ ਬੰਦੇ ਨੂੰ ਕਹਿ ਰਿਹਾ ਵੀ ਇਸ ਨੂੰ ਇਹ ਤਕਲੀਫ ਹੈ ਇਹ ਹੈਲਪ ਕਰੋ ਹੁਣ ਇੱਥੇ ਜਿਵੇਂ ਰਹਿਣ ਬਸੇਰਾ ਬਣਿਆ ਹੈਗਾ ਹੁਣ ਸਾਨੂੰ ਸਾਡੇ ਲੋਕ ਆ ਕੇ ਦੱਸਦੇ ਆ ਕਿ ਵੀ ਸਾਡੇ ਲੇਡੀਜ਼ ਨੂੰ ਬੜੀ ਪ੍ਰੋਬਲਮ ਹੈ ਬਜ਼ੁਰਗਾਂ ਨੂੰ ਬੜੀ ਪ੍ਰੋਬਲਮ ਹੁਣ ਅਸੀਂ ਬਾਹਰ ਬੈਠੇ ਹਾਂ ਹਵਾ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਕਿੰਨਾ ਟੈਂਪਰੇਚਰ ਠੰਡ ਹੈਗੀ ਹੈ ਅਤੇ ਇਹਨਾਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਦੇਖੋ ਉਹ ਰਹਿਣ ਬਸੇਰੇ ਦਾ ਇਹ ਫਾਇਦਾ ਹੈ ਕਿ ਉਹ ਇੱਕ ਕੰਕਰੀਟ ਦੀ ਵਾਲ ਦੇ ਅੰਦਰ ਬੈਠੇ ਨੇ ਉਹਨਾਂ ਦੀ ਸਿਕਿਉਰਿਟੀ ਹੈਗੀ ਹੈ ਰਾਤ ਨੂੰ ਉਹ ਬੇਫਿਕਰ ਹੋ ਕੇ ਸੌਂ ਸਕਦੇ ਨੇ ਜਾਂ ਜਿਹੜਾ ਇਨੀਸ਼ੀਏਟਿਵ ਲਿਆ ਹੋਇਆ ਜਿਹਨਾਂ ਲੋਕਾਂ ਨੇ ਰਹਿਣ ਬਸੇਰਾ ਬਣਾਉਣ ਦਾ ਤੁਸੀਂ ਸ਼ਾਇਦ ਗਏ ਵੀ ਹੋਵੋਗੇ ਉੱਥੇ ਰਹਿਣ ਬਸੇਰੇ 'ਤੇ ਉਹਨਾਂ ਨੇ ਸਾਰੀ ਚੀਜ਼ਾਂ ਧਿਆਨ ਰੱਖਿਆ ਉਹਨਾਂ ਨੇ ਇਹ ਵੀ ਧਿਆਨ ਰੱਖਿਆ ਕਿ ਲੇਡੀਜ਼ ਨੂੰ ਅਲੱਗ ਬਿਠਾਇਆ ਜਾਏ ਜਗ੍ਹਾ ਦਿੱਤੀ ਜਾਵੇ ਜੈਂਟਸ ਨੂੰ ਅਲੱਗ ਜਗ੍ਹਾ ਦਿੱਤੀ ਜਾਵੇ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਏ ਹਰ ਬੰਦਾ ਆ ਕੇ ਇਹ ਨਾ ਲੱਗੇ ਕਿ ਬਈ ਸਾਨੂੰ ਕੱਲ੍ਹ ਨੂੰ ਪ੍ਰੋਬਲਮ ਹੋ ਸਕਦੀ
ईवन जिहड़े प्रोटेस्ट करन भी आए वह भी यह नहीं कि वह आके बैठ गए ने कह रहे साडी सेवा करो। हर बंदा इत्थे एक वॉलंटियर है जिहड़ा हर एक दूसरे बंदे वास्ते हैल्प कर रहा है। तुसी ए मैं मतलब तुहानू कह सकदा भी इत्थे किसी भी को बंदे को चले जाओ कहो जी मैनू आ प्रॉब्लम आ गई है तो वह बंदा कहेगा ठीक है जी आओ आप सॉर्ट आउट करिए थानू इत्थे तक। इत्थे देखो लोगों के कई लोग जो आए हैं बेचारे वो एग्जाम्पल्स ने जिन्हें को पैसे नहीं है जी। दूसरे बंदे को भी इन्ने पैसे नहीं है पर कहें मैं घर जाना मेरे को पैसे नहीं फिर भी उन्होंने पैसे देकर तोड़ रहे हैं। मतलब ये लोगों के जो प्यार है ये गवर्नमेंट से आएगी ग्राउंड रियलिटी। देखो गवर्नमेंट ये कहें भी साढ़े ना गल कर लो वो साढ़े ना तो गल करते नहीं पूरे इंडिया के उन्होंने घूम के सारे किसानों मिल ले वो केड़े किसानों मिले सानू नहीं पता सारे इंडिया तो आके किसान इतने बैठा हुआ जी। ਤੁਸੀਂ ਜੇ ਤੁਹਾਡੀ ਇੰਟੈਂਸ਼ਨ ਕਲੀਅਰ ਹੈ ਤੁਸੀਂ ਇੱਥੇ ਆਓ ਜੀ ਆਓ ਹੋਰ ਕੋਈ ਨਹੀਂ ਗੱਲ ਨਹੀਂ ਕਰਨੀ ਦੇਖ ਕੇ ਤਾਂ ਜਾਓ ਬੈਠੇ ਕਿਵੇਂ ਇਹ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਦਾ ਕੌਨਸਟੀਟਿਊਸ਼ਨਲ ਰਾਈਟ ਹੈ ਕੌਨਸਟੀਟਿਊਸ਼ਨਲ ਨੇ ਰਾਈਟ ਦਿੱਤਾ ਕੌਨਸਟੀਟਿਊਸ਼ਨਲ ਰਾਈਟ ਕਿਉਂ ਦਿੱਤਾ ਕਿ ਇਹ ਉਹਨਾਂ ਨੂੰ ਪਤਾ ਹੈ ਕਿ ਗੌਰਮੈਂਟ ਹਮੇਸ਼ਾ ਸਹੀ ਨਹੀਂ ਹੁੰਦੀ ਹੈ ਜਿਹੜਾ ਕੌਨਸਟੀਟਿਊਸ਼ਨ ਬਣਾਇਆ ਸੀ ਉਸੇ ਕਰਕੇ ਰਾਈਟ ਦਿੱਤਾ ਕਿ ਜੇਕਰ ਕਦੇ ਗੌਰਮੈਂਟ ਗਲਤ ਹੈ ਤੁਸੀਂ ਪ੍ਰੋਟੈਸਟ ਕਰਕੇ ਉਹਨੂੰ ਦੱਸੋ ਕਿ ਕਿਉਂ ਗਲਤੀ ਹੈ ਜੀ ਜੀ ਤੇ ਉਸਦਾ ਸੈਕਿੰਡ ਪਾਰਟ ਜਿਹੜਾ ਸੀ ਕਿ ਗੌਰਮੈਂਟ ਨੂੰ ਇਹਨਾਂ ਕੋਲ ਆਉਣਾ ਚਾਹੀਦਾ ਵੀ ਦੱਸੋ ਕੀ ਹੈ ਜੀ ਉਹ ਆਉਣਾ ਤਾਂ ਦੂਰ ਦੀ ਗੱਲ ਹੈ ਜਿਹੜੀ ਉਹਨਾਂ ਦੀ ਬੇਸਿਕ ਡਿਊਟੀਜ਼ ਨੇ। ਦੇਖੋ ਆਫਟਰ ਆਲ ਦੇ ਆਰ ਆਲ ਸਿਟੀਜ਼ਨ ਆਫ ਇੰਡੀਆ ਐਬਸੋਲੂਟਲੀ ਸਿਟੀਜ਼ਨ ਆਫ ਇੰਡੀਆ ਹੋਣ ਦੇ ਕਰਕੇ ਜਿੰਨੀਆਂ ਵੀ ਪਬਲਿਕ ਸਰਵਿਸਿਜ਼ ਨੇ ਫਾਇਰ ਬ੍ਰਿਗੇਡ ਦੀਆਂ ਐਂਬੂਲੈਂਸ ਦੀਆਂ ਹੋਰ ਸਿਕਿਉਰਿਟੀ ਦੀਆਂ ਇਹਨਾਂ ਨੇ ਪੁਲਿਸ ਲਗਾ ਦਿੱਤੀ ਇਹਨਾਂ ਨੂੰ ਰੋਕਣ ਲਈ ਪਰ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਪੁਲਿਸ ਨਹੀਂ ਹੈ। ਅੱਜ ਇੱਥੇ ਕੋਈ ਤੁਸੀਂ ਜਾ ਕੇ ਦੇਖ ਲਓ 10 ਕਿਲੋਮੀਟਰ ਦੇ ਸਰਕਮਫਰੈਂਸ ਦੇ ਵਿੱਚ ਪੁਲਿਸ ਵਾਲੇ ਹੈ ਹੀ ਨਹੀਂ ਕੋਈ ਪੁਲਿਸ ਨਹੀਂ ਹੈਗੀ ਕੋਈ ਫਾਇਰ ਬ੍ਰਿਗੇਡ ਨਹੀਂ ਹੈਗੀ ਕੋਈ ਐਂਬੂਲੈਂਸ ਮੈਡੀਕਲ ਸਰਵਿਸਿਜ਼ ਨਹੀਂ ਹਨ ਜੋ ਵੀ ਸਰਵਿਸਿਜ਼ ਹਨ ਉਹ ਇੱਥੇ ਦੇ ਸੰਸਥਾ ਵੱਲੋਂ ਇੱਥੇ ਦੇ ਇੰਡੀਵਿਜੂਅਲਸ ਜੋ ਇੱਥੇ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਇਹ ਆਪਾਂ ਖੁਦ ਵੀ ਵੇਖਿਆ ਅਤੇ ਸਾਡੇ ਸਰੋਤੇ ਵੀ ਸਾਨੂੰ ਸਾਡੀ ਟੀਮ ਸਾਨੂੰ ਇਹ ਜਾਣਕਾਰੀ ਲਗਾਤਾਰ ਪ੍ਰੋਵਾਈਡ ਕਰ ਰਹੀ ਹੈ। ਗੱਲ ਹੋ ਰਹੀ ਹੈ ਐਡਵੋਕੇਟ ਵੀਰ ਸੰਧੂ ਜੀ ਨਾਲ ਜਿਨ੍ਹਾਂ ਨੂੰ ਇਨ ਐਕਟਸ ਬਾਰੇ ਪੂਰੀ ਜਾਣਕਾਰੀ ਹੈ ਉਹਨਾਂ ਨੇ ਇੰਨੀ ਡੀਪਲੀ ਇਹਨਾਂ ਨੂੰ ਪੜ੍ਹਿਆ ਅਤੇ ਉਹ ਜਾਣਕਾਰੀ ਉਹ ਸਾਡੇ ਨਾਲ ਸ਼ੇਅਰ ਕਰ ਰਹੇ ਅਤੇ ਅਲਟੀਮੇਟਲੀ ਸਾਨੂੰ ਇਹ ਗੱਲ 'ਤੇ ਆਉਣਾ ਪੈਣਾ ਹੈ ਕਿ ਇਸ ਚੀਜ਼ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ ਕੋਈ ਲੀਗਲ ਸਲਿਊਸ਼ਨ ਕੋਈ ਕੋਰਟਸ ਰਾਹੀਂ ਸਲਿਊਸ਼ਨ ਸ਼ਾਇਦ ਇਸ ਚੀਜ਼ ਦਾ ਹੋਏ ਉਹਦੀ ਵੀ ਗੱਲ ਕਰਾਂਗੇ। ਤੁਸੀਂ ਕਿਤੇ ਨਾ ਜਾ ਮਿਲਦੇ ਹਾਂ ਬ੍ਰੇਕ ਤੋਂ ਸਪਾਰਕ ਬ੍ਰੇਕ ਤੋਂ ਬਾਅਦ ਸਾਰੇ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਮੈਂ ਪਹੁੰਚੀ ਹਾਂ ਟਿਕਰੀ ਬਾਰਡਰ ਤੇ ਗੱਲ ਹੋ ਰਹੀ ਹੈ ਐਡਵੋਕੇਟ ਵੀਰ ਸੰਧੂ ਜੀ ਨਾਲ ਪਹਿਲੇ ਵੀ ਇਹ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਤੇ ਅੱਜ ਔਨ ਦ ਗਰਾਊਂਡ ਸਾਡੇ ਨਾਲ ਮੌਜੂਦ ਹਨ। ਮੈਂ ਵੀਅਰਸ ਨੂੰ ਦੱਸਣਾ ਚਾਹੁੰਦੀ ਹਾਂ ਸੰਧੂ ਜੀ ਦੀ ਨਾ ਕਿ ਸਿਰਫ ਇਨ ਐਕਟਸ ਨੂੰ ਲੈ ਕੇ ਇੱਕ ਪ੍ਰੋਫੈਸ਼ਨਲ ਤੌਰ ਤੇ ਐਜ਼ ਏ ਟਾਪ ਟੀਅਰ ਐਡਵੋਕੇਟ ਹੀਅਰ ਇਨ ਦਿੱਲੀ ਉਹ ਜਾਣਕਾਰੀ ਰੱਖਦੇ ਹੈ ਬਟ ਇੱਕ ਸਿਟੀਜ਼ਨ ਹੋਣ ਦੇ ਨਾਤੇ ਇਸ ਮੋਰਚੇ ਦੇ ਨਾਲ ਲਗਾਵ ਰੱਖਦੇ ਹੈ ਇੱਥੇ ਐਕਟਿਵ ਪਾਰਟਿਸਪੈਂਟ ਹਨ ਇਹਨਾਂ ਦੀ ਇੱਥੇ ਸੇਵਾ ਵੀ ਚੱਲ ਰਹੀ ਹੈ ਉਹਦੇ ਬਾਰੇ ਵੀ ਗੱਲ ਕਰ ਰਹੇ ਹਾਂ ਬਟ ਸੰਧੂ ਜੀ ਹੁਣ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਜੋ ਤੁਹਾਡੇ ਕੋਲ ਐਕਸਪਰਟੀਜ਼ ਹੈ ਜੋ ਜਾਣਕਾਰੀ ਤੁਸੀਂ ਸਾਨੂੰ ਪਹਿਲੇ ਵੀ ਦੇ ਰਹੇ ਸੀ ਉਹ ਇੱਕ ਐਪੀਸੋਡ ਵਿੱਚ ਤਾਂ ਕਵਰ ਹੋ ਨਹੀਂ ਸਕਦੀ ਇੰਨੀ ਜ਼ਿਆਦਾ ਇਨਫੋਰਮੇਸ਼ਨ ਹੈ ਜਦੋਂ ਸਾਡੀ ਪਹਿਲੇ ਵੀ ਗੱਲ ਚੱਲ ਰਹੀ ਸੀ ਤੁਹਾਡੇ ਮੂੰਹ ਹੋਰ ਇਨਫੋਰਮੇਸ਼ਨ ਅਤੇ ਇਨਫੋਰਮੇਸ਼ਨ ਨਿਕਲ ਰਹੀ ਸੀ ਰਾਈਟ ਸੋ ਦੇਰ ਇਜ਼ ਅ ਕਪਲ ਆਫ ਥਿੰਗਸ ਆਈ ਵਾਂਟ ਟੂ ਟਾਕ ਅਬਾਊਟ ਤੁਸੀਂ ਮੈਨੂੰ ਕਿਹਾ ਕਿ ਇਹ ਜੋ ਐਕਟਸ ਹਨ ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਇੱਕ ਟੀਜ਼ਰ ਜਿਹਾ ਹੈਗਾ ਕਿ ਜੋ ਇਸ ਤੋਂ ਬਾਅਦ ਜੋ ਪੂਰੀ ਮਤਲਬ ਫਿਲਮ ਆਉਣੀ ਹੈ ਫੀਚਰ ਲੈਂਥ ਉਹ ਤਾਂ ਹਲੇ ਸਾਨੂੰ ਉਹਦਾ ਕੋਈ ਅੰਦਾਜ਼ਾ ਵੀ ਨਹੀਂ ਉਹਦੇ ਬਾਰੇ ਸਾਨੂੰ ਦੱਸੋ। ਦੇਖੋ ਇਸ ਐਕਟ ਨੂੰ ਇਹ ਕਹਿ ਕੇ ਬਣਾਇਆ ਗਿਆ ਕਿ ਆਰਡੀਨੈਂਸ ਦੇ ਥਰੂ ਕਿ ਇਹ ਐਮਰਜੈਂਸੀ ਦੇ ਵਿੱਚ ਅਸੀਂ ਲਾਗੂ ਕਰਨਾ ਠੀਕ ਹੈ ਜੇ ਗਵਰਨਮੈਂਟ ਦੀ ਇੰਟੈਂਸ਼ਨ ਐਮਰਜੈਂਸੀ 'ਚ ਲਾਗੂ ਕਰਨ ਦੀ ਸੀਗੀ ਤੁਸੀਂ ਸਾਰਾ ਐਕਟ ਪੜ੍ਹ ਲਓ ਆਲਮੋਸਟ ਸਾਰੇ ਸੈਕਸ਼ਨ ਦੇ ਥੱਲੇ ਲਿਖਿਆ ਹੋਇਆ ਕਿ ਇਸ ਦੇ ਲਈ ਫਿਊਚਰ ਦੇ ਵਿੱਚ ਸੈਂਟਰ ਰੂਲਸ ਬਣਾਏਗੀ। ਉਹਨਾਂ ਨੇ ਰੂਲਸ ਨਹੀਂ ਬਣਾਏ ਹਾਲੇ ਤੱਕ ਜੇ ਐਮਰਜੈਂਸੀ ਦੇ ਵਿੱਚ ਤੁਹਾਨੂੰ ਇੰਪਲੀਕੇਟ ਕਰਨ ਦੀ ਇਹਨੂੰ ਲੋੜ ਸੀਗੀ ਤਾਂ ਰੂਲਸ ਵੀ ਨਾਲ ਦਿੰਦੇ ਨੇ ਕਿ ਫਟਾਫਟ ਲਗਾਈਏ ਇਹਨੂੰ ਉਹ ਤਾਂ ਲਗਾਇਆ ਹੀ ਨਹੀਂ ਰੂਲਸ ਜੀ। ਹੁਣ ਰੂਲਸ ਦੇ ਵਿੱਚ ਕੀ ਕੀਤਾ ਇਹਨਾਂ ਨੇ ਜਿਸ ਤਰ੍ਹਾਂ ਕੀਤਾ ਕਿ ਇੱਕ ਫਾਰਮਰ ਇੱਕ ਸਪੋਂਸਰ ਜਿਸ ਨੂੰ ਕਾਰਪੋਰੇਟ ਐਂਟੀਟੀ ਹੈ ਉਹਦੇ ਨਾਲ ਇੱਕ ਕੰਟਰੈਕਟ ਕਰ ਸਕਦਾ ਉਹ ਐਗਰੀਮੈਂਟ ਤਾਂ ਕਰ ਲਏਗਾ ਪਰ ਉਹ ਐਗਰੀਮੈਂਟ ਦੇ ਵਿੱਚ ਕੀ ਟਰਮਸ ਐਂਡ ਕੰਡੀਸ਼ਨ ਹੋਏਗੀ ਕੀ ਉਹਦਾ ਫਰੇਮਵਰਕ ਹੋਏਗਾ ਉਹਦੇ ਵਿੱਚ ਕਿਹੜੀ ਕਿਹੜੀ ਕੰਡੀਸ਼ਨਾਂ ਆ ਜਾਣਗੀਆਂ ਉਹਦੇ ਨਾਲ ਤੁਸੀਂ ਲਿਖ ਦਿੱਤਾ ਇਹ ਸੈਂਟਰਲ ਗਵਰਨਮੈਂਟ ਬਣਾਏਗੀ ਉਹ ਹਾਲੇ ਤੱਕ ਬਣੀਆਂ ਨਹੀਂ ਹੈ ਜੀ। ਹੁਣ ਉਹ ਕਦੋਂ ਬਣਨਗੀਆਂ ਉਹਦੇ ਵਿੱਚ ਗਵਰਨਮੈਂਟ ਕਿਸਾਨ ਨੂੰ ਕਿੰਨਾ ਬਾਉਂਡ ਕਰ ਦਿੰਦੀ ਹੈ ਕਾਰਪੋਰੇਟ ਨੂੰ ਕਿੰਨਾ ਫਾਇਦਾ ਦੇ ਦਿੰਦੀ ਹੈ ਹਾਲੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜੀ। ਉਹ ਉਸਦੇ ਵਿੱਚ ਜੋ ਕੁਛ ਬਾਉਂਡ ਕਰੇਗੀ ਉਹਨਾਂ ਨੂੰ ਉਸ ਨੂੰ ਬਾਉਂਡ ਹੋਣਾ ਪਏਗਾ। ਇਸੇ ਤਰੀਕੇ ਦੇ ਨਾਲ ਅੱਗੇ ਜਾਂਦੇ ਹਾਂ ਜਦੋਂ ਅਸੀਂ ਉਹ ਕਹਿੰਦੇ ਐਸ ਡੀ ਐਮ ਕੋਲ ਜਾਣਾ ਉਸ ਦੇ ਵਿੱਚ ਵੀ ਜੋ ਕੁਛ ਕਰਨਾ ਉਹ ਵੀ ਸੈਂਟਰਲ ਗਵਰਨਮੈਂਟ ਕਰੇਗੀ ਉਹ ਰੂਲ ਬਣਾਏਗੀ ਉਹ ਲੈਜਿਸਲੇਸ਼ਨ ਲੈ ਕੇ ਆਏਗੀ ਅਤੇ ਜਦੋਂ ਤੁਸੀਂ ਹਾਲੇ ਤੱਕ ਬਣਾਇਆ ਹੀ ਕੁਛ ਨਹੀਂ ਹੈ ਤਾਂ ਫਿਰ ਅਰਜੈਂਸੀ ਕਿੱਥੇ। ਨਾਲੇ ਗੌਰਮੈਂਟ ਨੇ ਇਸ ਨੂੰ ਕਹਿੰਦੇ ਜੀ ਇਹ ਬਹੁਤ ਹੀ ਕੰਪਲੀਕੇਟਡ ਥਿੰਗ ਹੈ ਮੈਂ ਅੱਜ ਕਿਸੇ ਦਾ ਪੜ੍ਹ ਰਿਹਾ ਸੀਗਾ ਚੁਟਕਲਾ ਹੀ ਕਹਿ ਸਕਦੇ ਹਾਂ ਅਸੀਂ ਵਿਅੰਗ ਕਹਿ ਸਕਦੇ ਹਾਂ
कि हुशियारपुर के पिछले तीक्षण सूद के कोल घर जाके किसान ने गोहा सिट दिता जी। तो तीक्षण सूद कहता जी ये गोहा चको, मैं तो ऑर्डर किया नहीं। किसान कहते नहीं तू साडे नाल बैठ, तैनूं इहदे फायदे दसदे आ। उह कहिंदा मैं ऑर्डर ही नहीं किया। कहिंदा नहीं तू फायदे सुन, बस ओही किसानां नाल कर रहे हो। कहिंदे असीं कदे कम किया ही नहीं जी कि साडे लई इह इनैक्टमेंट बनाओ। देखो किसान यूनियन आ, किसान जो आजादी तो लैके अज तक संघर्ष कर रहे आ जी, उहनां दी बेसिक डिमांड्स जिहड़ियां ने अज तक पूरियां नहीं होईआं जी। ਜੇ ਤੁਹਾਡੀ ਇੰਟੈਂਸ਼ਨ ਕਲੀਅਰ ਸੀਗੀ ਜੀ, ਤੁਸੀਂ ਜੇ ਚਾਹੁੰਦੇ ਸੀ ਕਿਸਾਨ ਦੇ ਫੇਵਰ ਦੇ ਵਿੱਚ ਕੁਝ ਕਰਨਾ ਹੈਗਾ, ਜਿਹੜੀ ਉਹ 70 ਸਾਲਾਂ ਤੋਂ ਡਿਮਾਂਡ ਲੈ ਰਹੇ ਆ, ਤੁਸੀਂ ਘੱਟੋ ਘੱਟ ਉਹ ਤਾਂ ਬਣਾਓ ਜੀ। ਜਿਹੜੀ ਉਹ ਮੰਗ ਕਰ ਰਹੇ ਆ ਉਹਦੇ ਲਈ ਤਾਂ ਕੁਝ ਕਰ ਹੀ ਨਹੀਂ ਰਹੇ ਜੀ। ਜੀ ਸੰਧੂ ਜੀ, ਸਾਡੇ ਪਿਛਲੇ ਪ੍ਰੋਗਰਾਮ ਵਿੱਚ ਨਾ ਆਪਾਂ ਥੋੜਾ ਜਿਹਾ ਫੋਕਸ ਕੀਤਾ ਡੈਫੀਨੇਸ਼ਨਸ ਤੇ ਕਿ ਕਿਸ ਤਰ੍ਹਾਂ ਇਨ ਐਕਟਸ ਦੇ ਵਿੱਚ ਅਗਰ ਆਪਾਂ ਡੈਫੀਨੇਸ਼ਨਸ ਦੀ ਗੱਲ ਕਰੀਏ, ਇੱਕ ਕਿਸਾਨ ਦੀ ਡੈਫੀਨੇਸ਼ਨ ਚੇਂਜ ਹੋ ਚੁੱਕੀ ਹੈ ਤੇ ਇੱਕ ਕਾਰਪੋਰੇਟ ਐਂਟੀਟੀ ਦੀ ਡੈਫੀਨੇਸ਼ਨ ਚੇਂਜ ਹੋ ਚੁੱਕੀ ਹੈ। ਜਿਸ ਤਰ੍ਹਾਂ ਇੱਕ ਕਿਸਾਨ ਇੱਕ ਜਿਉਂਦਾ ਬੰਦਾ ਤੁਸੀਂ ਦੇਖ ਸਕਦੇ ਹੋ, ਬੰਦੀ ਤੁਸੀਂ ਦੇਖ ਸਕਦੇ ਹੋ, ਉਹਦੀ ਡੈਫੀਨੇਸ਼ਨ ਕੁਝ ਹੋਰ ਹੀ ਕਰਦੀ ਹੈ ਤੇ ਕਾਰਪੋਰੇਟ ਜੋ ਇੱਕ ਗਰੁੱਪ ਹੁੰਦਾ ਹੈ ਉਹਦੀ ਡੈਫੀਨੇਸ਼ਨ ਇੱਕ ਬੰਦੇ ਵਾਂਗੂ ਕਰਦੀ ਹੈ। ਬਟ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਜੀ, ਉਹਨਾਂ ਨੇ ਪਰਸਨ ਦੇ ਵਿੱਚ ਇੰਡੀਵਿਜੁਅਲ ਤਾਂ ਹੈ ਪਰ ਉਹਦੇ ਵਿੱਚ ਕਾਰਪੋਰੇਟ ਸਭ ਕੁਝ ਪਾ ਦਿੱਤੇ ਪਰ ਕਿਸਾਨ ਕੱਢ ਦਿੱਤਾ ਜੀ। ਦੇਖ ਲਓ ਜੀ, ਹੁਣ ਮੈਂ ਚਾਹੁੰਦੀ ਹਾਂ ਤੁਸੀਂ ਸਾਨੂੰ ਦੱਸੋ ਇੱਕ ਹੋਰ ਡੈਫੀਨੇਸ਼ਨ ਚੇਂਜ ਹੋਈ ਹੈ, ਇੱਕ ਤਰ੍ਹਾਂ ਦੀ ਇਮਿਊਨਿਟੀ, ਮਤਲਬ ਖੁੱਲ੍ਹਾ ਤੁਸੀਂ ਕਹਿ ਲਓ ਤਰੀਕਾ ਦਿੱਤਾ ਗਿਆ ਹੈ ਜਿਹਦੇ ਨਾਲ ਜਿਹਦੇ ਉਹਨਾਂ ਦੇ ਖਿਲਾਫ ਕੋਈ ਚੀਜ਼ ਨਹੀਂ ਚੱਕੀ ਜਾ ਸਕਦੀ। ਇਮਿਊਨਿਟੀ ਦਿੱਤੀ ਗਈ ਹੈ ਸਟੇਟ ਸੈਂਟਰਲ ਗਵਰਨਮੈਂਟ ਨੂੰ ਐਂਡ ਇਹਦੇ ਵਿੱਚ ਇੱਕ ਅਦਰ ਪਰਸਨਸ ਦੀ ਚੀਜ਼ ਐਡ ਕੀਤੀ ਗਈ ਹੈ, ਉਹ ਵੀ ਇੱਕ ਨਵੀਂ ਤਰੀਕੇ ਦੀ ਡੈਫੀਨੇਸ਼ਨ ਹੈਗੀ। ਦੇਖੋ ਅੱਜ ਤੱਕ ਜਿੰਨੇ ਵੀ ਕਾਨੂੰਨ ਬਣੇ ਨੇ ਉਹਨਾਂ ਦੇ ਵਿੱਚ ਨਾ ਇੱਕ ਇਹ ਹੁੰਦਾ ਕਿ ਜੇ ਤੁਹਾਨੂੰ ਸਟੇਟ ਦੇ ਖਿਲਾਫ ਜਾਂ ਕਿਸੇ ਪਬਲਿਕ ਸਰਵੈਂਟ ਦੇ ਖਿਲਾਫ ਕੋਈ ਐਕਸ਼ਨ ਲੈਣਾ, ਤੁਹਾਨੂੰ ਇੱਕ ਸੈਂਕਸ਼ਨ ਲੈਣੀ ਪਏਗੀ, ਤੁਹਾਨੂੰ ਗੌਰਮੈਂਟ ਤੋਂ ਪਰਮਿਸ਼ਨ ਲੈਣੀ ਪਏਗੀ ਕਿ ਜੇ ਫਲਾਨੇ ਆਫੀਸਰ ਨੇ ਇਹ ਗਲਤ ਕੰਮ ਕਰ ਦਿੱਤਾ ਅਸੀਂ ਇਹਦੇ ਖਿਲਾਫ ਐਕਸ਼ਨ ਚਾਹੁੰਦੇ ਹਾਂ। ਇਹ ਪਹਿਲੀ ਵਾਰੀ ਹੈ ਜਿਸ ਦੇ ਵਿੱਚ ਐਕਟ ਦੇ ਵਿੱਚ ਲਿਖ ਦਿੱਤਾ ਕਿ ਕੋਈ ਸਟੇਟ ਗੌਰਮੈਂਟ, ਕੋਈ ਪਬਲਿਕ ਸੈਂਟਰਲ ਗੌਰਮੈਂਟ, ਇਹ ਤਾਂ ਚਲੋ ਸਰਕਾਰੀ ਬੰਦੇ ਹੋ ਗਏ। ਫਿਰ ਤੀਸਰਾ ਬੰਦਾ ਉਹਨਾਂ ਨੇ ਵਿੱਚ ਪਾ ਦਿੱਤਾ ਐਨੀ ਅਦਰ ਪਰਸਨ। ਹੁਣ ਪਰਸਨ ਦੀ ਡੈਫੀਨੇਸ਼ਨ ਮੈਂ ਤੁਹਾਨੂੰ ਦੱਸਿਆ ਕਿ ਪਰਸਨ ਦੀ ਡੈਫੀਨੇਸ਼ਨ ਤੋਂ ਕਿਸਾਨ ਕੱਢ ਦਿੱਤਾ, ਇੱਕ ਆਮ ਆਦਮੀ ਕਾਰਡ ਪਾ ਦਿੱਤਾ ਜਿਹੜਾ ਕਾਰਪੋਰੇਟ ਦਾ ਹੋ ਸਕਦਾ, ਕਾਰਪੋਰੇਟ ਹੋ ਗਈ, ਪਾਰਟਨਰਸ਼ਿਪ ਫਰਮਸ ਹੋ ਗਈਆਂ, ਸੁਸਾਇਟੀਆਂ ਹੋ ਗਈਆਂ। ਮਤਲਬ ਉਹਨਾਂ ਨੇ ਇਹ ਤਿੰਨਾਂ ਬੰਦਿਆਂ ਨੂੰ ਇਮਿਊਨਿਟੀ ਇਹ ਦਿੱਤੀ ਵੀ ਇਹ ਗੁੱਡ ਫੇਥ ਦੇ ਵਿੱਚ ਕੁਛ ਵੀ ਕੰਮ ਕਰਨ, ਇਹਨਾਂ ਦੇ ਖਿਲਾਫ਼ ਕੇਸ ਨਹੀਂ ਹੋ ਸਕਦਾ, ਇਹਨਾਂ ਦੇ ਖਿਲਾਫ਼ ਪੁਲਿਸ ਪਰਚਾ ਨਹੀਂ ਹੋ ਸਕਦਾ, ਮਤਲਬ ਕੁਛ ਵੀ ਨਹੀਂ ਹੋ ਸਕਦਾ। ਬਟ ਤੁਸੀਂ ਇੱਥੇ ਇੱਕ ਹੋਰ ਗੱਲ ਕਹੀ ਹੈ, ਗੁੱਡ ਫੇਥ, ਇਹ ਜੋ ਗੁੱਡ ਫੇਥ ਹੁੰਦਾ ਤੁਸੀਂ ਮਤਲਬ ਵਧੀਆ ਇੰਟੈਂਸ਼ਨਸ ਦੇ ਨਾਲ, ਵਧੀਆ ਸੁਭਾਅ ਦੇ ਨਾਲ ਕੋਈ ਚੀਜ਼ ਕਰਦੇ ਹੋ, ਬਟ ਇਹ ਗੁੱਡ ਫੇਥ ਦੇ ਵਿੱਚ ਵੀ ਇੱਕ ਡੈਫੀਨੇਸ਼ਨ ਦੀ ਇੱਥੇ ਗੱਲ ਉੱਠਦੀ ਹੈ। ਗੁੱਡ ਫੇਥ ਦੀ ਡੈਫੀਨੇਸ਼ਨ ਦਿੱਤੀ ਨਹੀਂ ਜੀ ਉਹਨਾਂ ਨੇ, ਉਹ ਗੁੱਡ ਫੇਥ ਮੈਂ ਤੁਹਾਨੂੰ ਦੱਸ ਰਿਹਾ, ਗੁੱਡ ਫੇਥ ਦੀ ਡੈਫੀਨੇਸ਼ਨ ਨਹੀਂ ਹੈ। ਹੁਣ ਉਹ ਬਾਹਰ ਸੈਂਟਰਲ ਗੌਰਮੈਂਟ ਬਣਾਏ ਤਾਂ ਬਣਾਏ ਪਰ ਐਟ ਪ੍ਰੈਜੈਂਟ ਗੁੱਡ ਫੇਥ ਦੀ ਕੋਈ ਡੈਫੀਨੇਸ਼ਨ ਨਹੀਂ ਹੈ। ਹੁਣ ਜਿੱਦਾਂ ਮੱਧ ਪ੍ਰਦੇਸ਼ ਦੇ ਵਿੱਚ ਆ ਰਹੀਆਂ ਨਿਊਜ਼ ਕਿ ਲੋਕਾਂ ਦੇ ਪੈਸੇ ਲੈ ਕੇ ਭੱਜ ਗਏ ਕਾਰਪੋਰੇਟ, ਉਹਨਾਂ ਦੇ ਖਿਲਾਫ਼ ਪਰਚੇ ਕਿਉਂ ਨਹੀਂ ਹੋ ਰਹੇ? ਕਿਉਂਕਿ ਉਹਨਾਂ ਨੂੰ ਇਮਿਊਨਿਟੀ ਹੈ, ਅਤੇ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਹੀ ਨਹੀਂ ਲਿਆ ਜਾ ਸਕਦਾ ਇਸ ਐਕਟ ਦੇ ਅਕੋਰਡਿੰਗਲੀ। ਉਹ ਪੈਸੇ ਲੈ ਕੇ ਭੱਜ ਗਏ ਨੇ ਠੀਕ ਹੈ ਜੀ, ਪਰ ਉਹਨਾਂ ਦੇ ਖਿਲਾਫ਼ ਪਰਚਾ ਨਹੀਂ ਦੇ ਸਕਦੇ ਤੁਸੀਂ ਕਿਉਂਕਿ ਉਹਨਾਂ ਨੂੰ ਇਮਿਊਨਿਟੀ ਹੈ ਜੀ। ਇੱਕ ਹੋਰ ਡੈਫੀਨੇਸ਼ਨ ਚੇਂਜ ਕੀਤੀ ਗਈ ਹੈ ਇੱਥੇ, ਜਿੱਦਾਂ ਵਾ ਫੂਡ ਪ੍ਰੋਡਿਊਸ ਦੀ ਗੱਲ ਕਰਦੇ ਹਾਂ। ਡੈਫੀਨੇਸ਼ਨ ਚੇਂਜ ਨਹੀਂ ਕੀਤੀ ਉਹਨਾਂ ਨੇ, ਕੀ ਕੀਤਾ ਇਹ ਇਸ ਡੈਫੀਨੇਸ਼ਨ ਦਾ ਨਾ ਦੋ ਇੱਕ ਸੈਕਸ਼ਨ ਹੈ, ਸੈਕਸ਼ਨ 7 ਜੀ, ਉਸ ਸੈਕਸ਼ਨ ਦੇ ਵਿੱਚ ਉਸ ਚੀਜ਼ ਨੂੰ ਹੈਲਪ ਕਰਨ ਦੇ ਲਈ ਉਹਨਾਂ ਨੇ ਕੀ ਕੀਤਾ ਕਿ ਫੂਡ ਸਟੱਫ ਦੀ ਡੈਫੀਨੇਸ਼ਨ ਸੀ ਜਿਹਦੇ ਵਿੱਚ ਸਾਡੇ ਰਵਾਇਤੀ ਕਿਸਾਨ ਜਿਹੜੀ ਖੇਤੀ ਕਰਦੇ ਸੀ ਉਹ ਸਾਰੀਆਂ ਫਸਲਾਂ ਅਤੇ ਸਾਰੀਆਂ ਸਬਜ਼ੀਆਂ ਆ ਜਾਂਦੀਆਂ ਸੀ। ਪਰ ਇਹਨਾਂ ਨੇ ਕੀ ਕੀਤਾ, ਕੁਛ ਫਸਲਾਂ, ਕੁਛ ਸਬਜ਼ੀਆਂ, ਕੁਛ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਸ ਫੂਡ ਸਟੱਫ 'ਚ ਨਹੀਂ ਸੀਗੀਆਂ, ਜਿਵੇਂ ਮੁਰਗੀ ਪਾਲਣ ਹੋ ਗਿਆ ਜਾਂ ਹੋਰ ਇੱਦਾਂ ਦੇ ਪਸ਼ੂ ਪਾਲਣ ਹੋ ਗਿਆ ਜਾਂ ਹੋਰ ਸਭ ਕੁਛ, ਉਹ ਸਭ ਕੁਛ ਉਹਨਾਂ ਨੇ ਕਹਿਤਾ ਫੂਡ ਸਟੱਫ ਦੇ ਨਾਲ ਨਾਲ ਇਹ ਚੀਜ਼ਾਂ ਵੀ ਫੂਡ ਪ੍ਰੋਡਿਊਸ ਦੇ ਵਿੱਚ ਆ ਗਈਆਂ। ਹੁਣ ਇਸ ਦਾ ਕਰਨ ਦਾ ਰੀਜ਼ਨ ਕੀ ਹੈ? ਇਹਦਾ ਰੀਜ਼ਨ ਇਹ ਸੀਗਾ, ਸੈਕਸ਼ਨ 7 ਜਿਹੜਾ ਹੈ ਨਾ, ਮਤਲਬ ਮੈਂ ਕਹੂੰਗਾ ਇਸ ਐਕਟ ਦਾ, ਪੂਰੇ ਐਕਟ ਦਾ ਸਭ ਤੋਂ ਖਤਰਨਾਕ ਸੈਕਸ਼ਨ ਇਹ ਹੈਗਾ। ਅੱਛਾ ਜੀ, ਦੇਖੋ ਕਿਸਾਨ ਕਹਿੰਦੇ ਆ ਕਿ ਮੰਡੀਆਂ ਨਹੀਂ ਖਤਮ ਕਰਨੀਆਂ, ਸਾਨੂੰ MSP ਦਿਓ। MSP ਹੁਣ ਸਰਕਾਰ ਕਹਿੰਦੀ ਹੈ ਜੀ ਅਸੀਂ ਮੰਡੀਆਂ ਨੂੰ ਨਹੀਂ ਛੇੜ ਰਹੇ, ਤੁਹਾਡੀ MSP ਨੂੰ ਨਹੀਂ ਛੇੜ ਰਹੇ, ਉਹ ਛੇੜ ਨਹੀਂ ਰਹੇ। ਪਰ ਉਹਨਾਂ ਨੇ ਕੀ ਐਕਟ ਬਣਾ ਦਿੱਤਾ, ਕਿਸਾਨ ਨੇ ਕਾਰਪੋਰੇਟ ਦੇ ਨਾਲ ਐਗਰੀਮੈਂਟ ਕਰ ਲਿਆ, ਜਿਸ ਦਿਨ ਉਹਨੇ ਐਗਰੀਮੈਂਟ ਕਰ ਲਿਆ ਉਸ 'ਤੇ ਸਟੇਟ ਐਕਟ ਲੱਗੇਗਾ ਹੀ ਨਹੀਂ, ਮਤਲਬ ਉਸ 'ਤੇ ਸਟੇਟ ਐਕਟ ਨਹੀਂ ਲੱਗੇਗਾ, ਮੀਨਸ APMC ਮੰਡੀ ਨਹੀਂ ਜਾ ਸਕਦਾ ਜੀ ਜੀ ਜੀ, ਉਸੇ MSP ਨਹੀਂ ਲੱਗੇਗੀ, ਉਹ ਮਤਲਬ ਉਹਨਾਂ ਨੂੰ ਅਬੋਲਿਸ਼ ਨਹੀਂ ਕੀਤਾ ਪਰ ਉਹ ਲੱਗੇਗਾ ਨਹੀਂ। ਸੰਧੂ ਜੀ, ਤੁਸੀਂ ਤਾਂ ਬਹੁਤ ਜਾਣਕਾਰ ਹੈਗੇ, ਤੁਸੀਂ ਐਕਸਪਰਟ ਹੋ, ਯੂਅਰ ਲੀਗਲ ਮਾਈਂਡ ਇਨ ਦਿਸ ਕੇਸ, ਬਟ ਇੱਥੇ ਮੈਂ ਇੱਕ ਸਿੰਪਲ ਜਿੱਦਾਂ ਕਹਿੰਦੇ ਨਾ ਐਵਰੇਜ ਲੇ ਪਰਸਨ ਦੀ ਟਰਮਸ ਵਿੱਚ ਇਸ ਚੀਜ਼ ਨੂੰ ਫਿਰ ਰਿਪੀਟ ਕਰਨਾ ਚਾਹੁੰਦੀ ਹਾਂ। ਇਹ ਸਰਕਾਰ ਆਪਣੇ ਹੀ ਟੈਕਸ ਰੈਵਨਿਊ ਨੂੰ ਖਤਮ ਕਰ ਰਹੀ ਹੈ, ਇਹ ਸਹੀ ਗੱਲ ਹੈ? ਬਿਲਕੁਲ, ਦੇਖੋ ਇਹ ਪਹਿਲੀ ਸਰਕਾਰ, ਸਾਰੀਆਂ ਸਰਕਾਰਾਂ ਪੰਜਾਬ ਦੀ ਖਾਸ ਕਰਕੇ,
मतलब बाकी सारी सरकार होर अलग ने, पर पंजाब की खास करके जी सरकार हैगी है वो किसानी से निर्भर है। वो जिहड़ा किसान कहिंदे किसान वेले घूमदे कुछ नहीं करदे, पर किसान जिहड़ा हैगा उत्थे जाके जिहड़ा अपना कमीशन दिंदा, जिहड़ा अपना रेवेन्यू दिंदा मंडियां च, इह उस दे नाल सारी पंजाब दी डिवेलपमेंट हुई है। जिन्नियां पंजाब दीआं पिंडां नूं शहरां नूं लिंक सड़कां बणियां ने, इह मंडी बोर्ड ने बनाईआं ने, उह वी उस नाल जिहड़ा किसानां ने उत्थे जाके अपना रेवेन्यू दित्ता। ते पहली सरकार इदां दी आई है जिहड़ी कह रही है जी असीं तुहाडा रेवेन्यू बंद कर रहे हां, तुहानूं रेवेन्यू नहीं देना पऊगा। उहदा रीज़न की है? और किसानां नाल तां कोई फायदा नहीं उहनां नूं, पर जो कॉर्पोरेट नूं देना पैना सीगा रेवेन्यू, उह बचा रही है। अच्छा जी, सो मतलब एक होर जरिया बन गया कि जो रेवेन्यू भावें वह किसान के लिए गवर्नमेंट सबसिडीज होनिया सी या हुण आपां स्टेट टैक्स की गल कर रहे हैं, वह रेवेन्यू डाइवर्ट होके कॉर्पोरेट के वल जा रहा है, गल सही है? जा नहीं रहा, देखो दिता जा रहा है। जिवें कॉर्पोरेट ने जिहड़ा रेवेन्यू देना सीगा जी, कॉर्पोरेट कहिंदा यार मैनूं इह रेवेन्यू देना पऊगा, मेरा खर्चा वधजू, कहिंदे चल तैनूं रेवेन्यू देण दी भी लोड़ नहीं। किसानां नूं तां तुसीं वैसे ही छड्ड दित्ता हैगा जी, किसानां दे क्योंकि सेंट्रल गवर्नमेंट नूं स्टेट दे रेवेन्यू नाल कोई फर्क नहीं पैंदा जी। जी जी, जो दूजे दे घर पैसा जा रहा है मैं कहना मैनूं की फर्क पै रहा है जी, जे मेरे घर आ रहे हैं तो फिर तो मैं कहना सी आन दिओ, जदों जाई दूजे स्टेट दे रहा जी, हुण उहदे नाल इंपैक्ट की होएगा? पंजाब दी जिहड़ी डिवेलपमेंट हो रही है वो सारी रुक जाएगी। जिहड़े पिंडां दी सड़कां थोड़ी बहुत वधिया हुई, पूरियां नहीं हुई, मैं साफ कहना, पर थोड़ी बहुत जिहड़ी डिवेलपमेंट हुई है ਉਹ ਸਰਕਾਰਾਂ ਨੇ ਨਹੀਂ ਕੀਤੀ, ਉਹ ਕਿਸਾਨਾਂ ਨੇ ਕੀਤੀ ਹੈ, ਜਿਹੜਾ ਰੈਵਨਿਊ ਦੇ ਦੇ ਕੇ ਉਹਨਾਂ ਨੇ ਉਹਨਾਂ ਨੂੰ ਮੰਡੀ ਬੋਰਡ ਨੂੰ ਇੰਨਾ ਐਮਪਾਵਰਮੈਂਟ ਕੀਤਾ ਕਿ ਵੀ ਉਹ ਥੋੜ੍ਹੀ ਬਹੁਤ ਸੜਕਾਂ ਬਣਾ ਸਕੇ ਜੀ। ਜੀ ਜੀ, ਉਹ ਜੇ ਬੰਦ ਹੋ ਜਾਏਗਾ ਤੇ ਕਿੱਥੋਂ ਪੰਜਾਬ ਡਿਵੈਲਪ ਕਰੇਗਾ ਜੀ? ਗੱਲ ਇਸੇ ਤਰ੍ਹਾਂ ਜਾਰੀ ਰਹੇਗੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਪਹੁੰਚੇ ਹਾਂ ਟੀਕਰੀ ਬਾਰਡਰ, ਆਰ ਕੇ ਫਿਲਿੰਗ ਸਟੇਸ਼ਨ ਨੇ ਸਾਨੂੰ ਇਹ ਜਗ੍ਹਾ ਦਿੱਤੀ ਹੈ, ਸਾਡਾ ਟੈਂਪਰੇਰੀ ਸਟੂਡੀਓ ਇੱਥੇ ਆਪਾਂ ਵਸਾਇਆ ਹੈ, ਜਿੱਥੇ ਸਾਰਿਆਂ ਨੇ ਆਪਣਾ ਇੱਥੇ ਟੈਂਪਰੇਰੀ ਰਹਿਣ ਦਾ ਸਿਸਟਮ ਕੀਤਾ, ਆਪਾਂ ਵੀ ਬ੍ਰੌਡਕਾਸਟ ਟੈਂਪਰੇਰੀ ਇੱਥੋਂ ਕਰ ਰਹੇ ਹਾਂ। ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਡਾ ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਟੀਮ ਪਹੁੰਚੀ ਹੈ ਟੀਕਰੀ ਬਾਰਡਰ ਤੇ, ਗੱਲ ਹੋ ਰਹੀ ਹੈ ਐਡਵੋਕੇਟ ਵੀਰ ਸੰਧੂ ਜੀ ਨਾਲ। ਸੰਧੂ ਜੀ, ਅਫਕੋਰਸ ਇਨ ਐਕਟਸ ਨੂੰ ਲੈ ਕੇ ਲਗਾਤਾਰ ਸਾਡੀ ਜਾਣਕਾਰੀ ਤੇ ਇਨਫੋਰਮੇਸ਼ਨ ਜੋ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਸਰੋਤਿਆਂ ਨੂੰ, ਉਹ ਇਹਦੇ ਤੇ ਫੋਕਸ ਕਰਦੀ ਹੈ ਕਿ ਕਿਸ ਤਰ੍ਹਾਂ ਇਹ ਕਿਸਾਨ ਨੂੰ ਹਰਟ ਕਰਦੇ ਹੈ, ਕਿਸ ਤਰ੍ਹਾਂ ਇਹ ਕਿਸਾਨ ਵਿਰੋਧੀ ਹੈ, ਕਿਸਾਨੀਅਤ ਨੂੰ ਇਹ ਤਬਾਹ ਕਰਨ ਦੀ ਤਰਫ ਇਹ ਬਿੱਲਸ ਲੈ ਕੇ ਜਾ ਰਹੇ ਚੀਜ਼ਾਂ ਨੂੰ, ਬਟ ਇਹ ਇਨਫ ਆਪਾਂ ਨਹੀਂ ਥੋੜ੍ਹੀ ਜਿਹੀ ਡਿਸਕਸ਼ਨ ਕੀਤੀ, ਥੋੜ੍ਹੀ ਜਿਹੀ ਹੋਰ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਇਹ ਕਾਰਪੋਰੇਟਸ ਨੂੰ ਬੈਨੀਫਿਟ ਕਰਦੇ ਆ, ਬਿਕੋਜ਼ ਇਹ ਕੋਈ ਇੱਕ ਮੋਟੀ ਮੋਟੀ ਚੀਜ਼ਾਂ ਨੂੰ ਕਹਿਣ ਵਾਲੀ ਗੱਲ ਨਹੀਂ, ਕਾਫੀ ਇਹਦੇ 'ਚ ਗਹਿਰਾਈ ਦੇ ਵਿੱਚ ਪੁਆਇੰਟਸ ਹਨ ਕਿ ਕਿਸ ਤਰ੍ਹਾਂ ਵੱਖ ਵੱਖ ਬੈਨੀਫਿਟਸ ਕਾਰਪੋਰੇਟਸ ਦੇ ਵੱਲ ਦਿੱਤੇ ਜਾ ਰਹੇ ਹਨ। ਸੋ ਮੈਂ ਚਾਹਾਂਗੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਹੋਰ ਦੱਸੋ, ਖਾਸ ਕਰਕੇ ਜਿੱਥੇ ਇੱਕ ਸਟਾਕ ਐਕਸਚੇਂਜ ਦੀ ਗੱਲ ਆਉਂਦੀ ਹੈ, ਰਾਈਟ, ਇਹਦੇ ਬਾਰੇ ਜ਼ਿਆਦਾ ਨਹੀਂ ਜਾਣਕਾਰੀ ਦਿੱਤੀ ਗਈ ਇਸ ਵੇਲੇ, ਸੋ ਇਹ ਇੱਕ ਹੋਰ ਜ਼ਰੀਆ ਹੈ ਜਿਸ ਤਰ੍ਹਾਂ ਕਾਰਪੋਰੇਟਸ ਨੂੰ ਬੈਨੀਫਿਟ ਹੋ ਰਿਹਾ, ਇਹਦੇ ਬਾਰੇ ਤੁਸੀਂ ਕੀ ਦੱਸ ਸਕਦੇ ਹੋ? ਦੇਖੋ, ਇਸ ਐਕਟ ਦੇ ਵਿੱਚ ਨਾ ਐਂਡ ਦੇ ਵਿੱਚ ਇੱਕ ਸੈਕਸ਼ਨ ਹੈਗਾ ਜਿਹੜਾ ਐਟ ਅ ਸਡਨ ਆ ਜਾਂਦਾ ਕਿ ਇਹ ਐਕਟ ਜਿਹੜਾ ਹੈਗਾ ਸਟਾਕ ਐਕਸਚੇਂਜ ਅਤੇ ਕਲੀਅਰੈਂਸ ਸੋਸਾਇਟੀ ਕਾਰਪੋਰੇਸ਼ਨਸ 'ਤੇ ਨਹੀਂ ਲੱਗੇਗਾ। ਮੈਂ ਜਦੋਂ ਪਹਿਲੀ ਵਾਰੀ ਸੈਕਸ਼ਨ ਪੜ੍ਹਿਆ ਮੈਨੂੰ ਨਹੀਂ ਸਮਝ ਲੱਗਿਆ ਵੀ ਇਹ ਐਟ ਅ ਸਡਨ ਕਿੱਦਾਂ ਆ ਗਿਆ, ਕਿਸਾਨ ਤੱਕ ਤਾਂ ਸਟਾਕ ਐਕਸਚੇਂਜ ਜਾਂਦਾ ਹੀ ਨਹੀਂ, ਇਹ ਕਿਉਂ ਆ ਗਿਆ? ਥੋੜ੍ਹਾ ਜਦੋਂ ਉਹਨੂੰ ਰਿਸਰਚ ਕੀਤਾ ਤਾਂ ਪਤਾ ਲੱਗਾ ਕਲੀਅਰੈਂਸ ਜਿਹੜੇ ਕਾਰਪੋਰੇਸ਼ਨਸ ਨੇ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਇਹ ਹੁੰਦੀ ਹੈ ਜੇਕਰ ਦੋ ਜਣਿਆਂ ਨੇ ਆਪਸ ਦੇ ਵਿੱਚ ਕੰਟਰੈਕਟ ਕੀਤਾ ਹੈਗਾ ਅਤੇ ਇੱਕ ਬੰਦੇ ਨੂੰ ਸੈਟਿਸਫੈਕਸ਼ਨ ਨਹੀਂ ਹੈਗੀ ਦੂਸਰੇ ਬੰਦੇ ਦੇ ਉੱਤੇ, ਕਹਿੰਦਾ ਕੰਪਨੀ ਦੇ ਉੱਤੇ ਕਿ ਤੁਸੀਂ ਪੈਸੇ ਲੈ ਕੇ ਭੱਜ ਜਾਓਗੇ, ਅਤੇ ਉਸ ਟਾਈਮ ਦੇ ਉੱਤੇ ਕਲੀਅਰੈਂਸ ਕਾਰਪੋਰੇਸ਼ਨ ਆ ਜਾਂਦੀ ਹੈ, ਉਹ ਕਹਿੰਦੇ ਠੀਕ ਹੈ ਤੁਸੀਂ ਸੌਦਾ ਕਰ ਲਓ ਇਹਨਾਂ ਦੇ ਨਾਲ, ਜੇ ਕੱਲ੍ਹ ਨੂੰ ਇਹ ਪੈਸੇ ਨਹੀਂ ਦਿੰਦਾ ਅਸੀਂ ਇਹਦੇ ਸਟਾਕ ਵੇਚ ਕੇ ਅਤੇ ਤੁਹਾਨੂੰ ਪੈਸੇ ਦੇ ਦਿਆਂਗੇ। ਹੁਣ ਦੇਖੋ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਪ੍ਰਾਈਵੇਟ ਕਾਰਪੋਰੇਟ ਕੰਪਨੀਜ਼ ਆ ਰਹੀਆਂ ਨੇ ਇੱਥੇ, ਉਹਨਾਂ ਨੇ ਜਦੋਂ ਇੱਥੇ ਆਉਣਾ, ਜਦੋਂ ਜੇ ਕਿਸਾਨਾਂ ਨੂੰ ਇਹ ਗੱਲ ਪਤਾ ਲੱਗ ਜਾਏ ਜਾਂ ਕਿਸਾਨਾਂ ਦੇ ਫੇਵਰ 'ਚ ਇਹ ਗੱਲ ਹੋਏ ਕਿ ਠੀਕ ਹੈ ਆਹ ਫਲਾਨੀ ਕੰਪਨੀ ਦੇ ਮੈਂ ਸਟਾਕ ਵੇਚ ਕੇ ਪੈਸੇ ਮੇਰੇ ਆ ਜਾਣਗੇ, ਅਤੇ ਕਿਸਾਨਾਂ ਨੂੰ ਇਹ ਐਸ਼ੋਰੈਂਸ ਸੀ, ਕਿਸਾਨਾਂ ਨੂੰ ਇਹ ਗਰੰਟੀ ਸੀਗੀ, ਜਿਹੜੀ ਇੱਕ ਗਰੰਟੀ ਮਿਲ ਸਕਦੀ ਸੀ ਉਹ ਵੀ ਬੰਦ ਕਰਤੀ। ਮਤਲਬ ਜਿਹੜਾ ਐਕਟ ਸਟਾਰਟਿੰਗ 'ਚ ਲਿਖਿਆ ਨਾ ਐਸ਼ੋਰੈਂਸ, ਜੀ ਜੀ ਜੀ, ਉਹ ਐਸ਼ੋਰੈਂਸ ਆ ਜਿੱਥੇ ਜਿੱਥੇ ਉਹਨਾਂ ਨੇ, ਮਤਲਬ ਮੈਂ ਤਾਂ ਇਹ ਕਹਿੰਦਾ ਵੀ ਜਿੱਥੇ ਜਿੱਥੇ ਇਹਨਾਂ ਨੂੰ ਕਿਸਾਨ ਨੂੰ ਐਸ਼ੋਰੈਂਸ ਮਿਲ ਸਕਦੀ ਸੀ ਨਾ, ਉਹਨਾਂ ਨੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਵੀ ਇਹਨੂੰ ਕਿਸਾਨ ਨੂੰ ਐਸ਼ੋਰੈਂਸ ਨਾ ਹੋਵੇ। ਜੀ ਜੀ ਜੀ, ਬਟ ਸੰਧੂ ਜੀ ਇੱਥੇ ਵਨਸ ਅਗੇਨ ਯੂ ਨੋ, ਅਗਰ ਆਪਾਂ ਕਾਰਪੋਰੇਟਸ ਦੀ ਗੱਲ ਕਰਦੇ ਹਾਂ, ਇਹ ਚੀਜ਼ ਬਾਰ ਬਾਰ ਸਾਨੂੰ ਸੁਣਨ ਨੂੰ ਮਿਲਦੀ ਹੈ ਸਰਕਾਰ ਵੱਲੋਂ ਕਿ ਦੇਖੋ ਜੀ ਇੰਡੀਆ ਨੂੰ ਅਗਰ ਆਪਾਂ ਮਾਡਰਨਾਈਜ਼ ਕਰਨਾ ਹੈ, ਆਪਾਂ ਹੋਰ ਅੱਗੇ ਲੈ ਕੇ ਜਾਣਾ, ਦੈਨ ਕਾਰਪੋਰੇਟਸ ਨੂੰ ਇੱਥੇ ਲਿਆਉਣਾ ਪੈਣਾ ਹੈ, ਉਹਨਾਂ ਨੂੰ ਲਿਆਉਣ ਲਈ ਸਾਨੂੰ ਉਹਨਾਂ ਨੂੰ ਕੁਛ ਇਨਸੈਂਟਿਵਸ, ਕੁਛ ਇੱਦਾਂ ਦੀ ਅਟਰੈਕਟਿਵ ਚੀਜ਼ਾਂ ਆਫਰ ਕਰਨੀਆਂ ਪੈਣੀਆਂ ਤਾਂ ਕਿ ਕਾਰਪੋਰੇਟਸ ਇੱਥੇ ਆ ਕੇ ਆਪਣਾ ਬਿਜ਼ਨਸ ਕਰਨ, ਅਤੇ ਇਹ ਗੱਲ ਦੇ ਨਾਲ ਕਿੱਦਾਂ? ਦੇਖੋ, ਇਸ ਐਕਟ ਦੇ ਵਿੱਚ ਜੇ ਤੁਸੀਂ ਕਾਰਪੋਰੇਟਸ ਨੂੰ, ਅਸੀਂ ਇਹ ਨਹੀਂ ਕਹਿੰਦੇ ਵੀ ਕਾਰਪੋਰੇਟਸ ਨਾ ਆਉਣ, ਅਸੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਇੱਥੇ ਇਨਵੈਸਟ ਨਾ ਕਰਨ, ਸਾਡਾ ਮੇਨ ਚੀਜ਼ ਇਹ ਹੈ ਇੱਕ
बेनीफिट दोनों का देखा जाए, एक बंदे देखा जाए। किसान की इनकम हर साल वधन का कोई अश्योरेंस नहीं है, तुसी ओ ता दियो। फिर किसान मंग की रहा, किसान ये कह रहे कि असी घट तो घट रेट से बेचना चाहते हैं जी, वो साडे लिए फिक्स कर दो, वध दे रेट का तो पता ही नहीं जी। जेड़ा मिनिमम रेट है जी, गवर्नमेंट कहती असी वो भी नहीं देना है जी। कारपोरेट्स आन, देखो कारपोरेट्स बाहरों आ रही ने, किसान तो घर के बंदे ने, असी सिटीजन है साडा। पहला तुसी देखोगे ना, तुसी कारपोरेट्स नूं कहोगे ठीक है आओ तुसी पैसे कमाओ, पर जब तुसी पैसे कमा रहे हो तो पहला तुसी अपने घर के बंदे नूं तो कहोगे ना कि भी तेरा नहीं नुकसान होना चाहिए जी जी जी। संधू जी, जो कारपोरेट्स की गल आती है, एक होर चीज़ इतने जरूर लाजमी बनती है पूछना कि कारपोरेट्स नू अगर इस तरह के बेनीफिट्स दिते जान, कोई इदा की गारंटी हैगी भावें वह इन एक्ट्स दे विच हो या इन जनरल इतने के लीगल सिस्टम दे विच, जिन्ना तुसी सानू दस सकते हो कि वो जो कारपोरेट्स नू फायदे हो रहे, वह फायदे अगे आप कह सकते ट्रिकल डाउन इतने की आम जनता तक पहुँच रहे, इतने की जिस तरह तुसी कहा जो इतने डोमैसटिक नीड्स हैं भावें वह सड़कां होन, एजुकेशन होए, हेल्थ केयर होए, लोगों की आम जनता की नीड्स हैं, वो बेनीफिट्स उन्होंने तक पहुँचेंगे, कोई इदा की सहूलत है ही नहीं ना। मैं वही गल कर रहा हूँ, इन्होंने एक गल कही कि असी बिचौलिए कढ दिते, बिचौलिए तो कढे नहीं। ये पहली बार बिचौलिए की डेफिनेशन इस एक्ट के विच आई, आज तक आड़ती इन्हू कदे बिचौलिए नहीं किया, वो हमेशा एजेंट सीगा जी, वो कदे बिचौलिया नहीं सीगा, ये पहली बार बिचौलिया इस एक्ट के विच आया जी। ठीक है जी। दूसरी गल ये है कि कारपोरेट्स नू बेनीफिट, तुसी देखो कारपोरेट्स नू बेनीफिट किदां मिल रहा है। मैं तुहानू लास्ट टाइम भी दस्या सीगा कि कारपोरेट्स नू चलो कॉन्ट्रैक्ट फार्मिंग नाल तो बेनीफिट लैणगे लैणगे, पर उन्होंने इनडायरैक्ट होर भी कई गल। रीसेंटली कल ही एक रिलायंस वाले ने पैम्फलेट वंडे ने जिदे विच उन्होंने साफ लिखा कि साडा कॉन्ट्रैक्ट फार्मिंग ना कोई लेना देना नहीं है। अच्छा जी। वो क्यों कह रहे हैं? क्योंकि उन्होंने इंटेंशन होर कोई कई चीजा दे उत्ते भी है। गवर्नमेंट मैं जिवें तुहानू दस्सिया सी भी अडानिया ने दे नाल उन्होंने एक उन्होंने जिहड़े साइलोज बने ने, हां जी, उन्होंने नाल उन्होंने गवर्नमेंट ने एग्रीमेंट कर लिया। किसान नू तो कोई अश्योरेंस नहीं है कि हर साल उसकी तनखा बढ़ेगी कि नहीं बढ़ेगी, पर उन्होंने अडानी नू ये कहा असी तेरे का गुलाम समान रखिए ना रखिए, हां जी, हर साल तेरा किराया बढ़ेगा। अच्छा, फिर दूसरा उन्होंने तो अश्योरेंस दे सकते, सानू भी दे दो ना जी जी जी, भाई एमएसपी चलो ठीक है दो साल बाद बढ़ा देंगे, इन्नी बढ़ जाएगी थोड़ी, नहीं वो नहीं करना। दूसरी चीज ये है कि इन्होंने साइलोज से जिन्ना सीगा एक सरकार की टर्म होंगी दो साल पांच साल की, इन्होंने 30 साल का एग्रीमेंट कर लिया, लोंग टर्म एग्रीमेंट कर लिया कि थानू फायदा होंदा ही रहे होंदा ही रहे जी जी। तो इस करके गवर्नमेंट सोच ही नहीं रही है इन्हों के बारे जी। जे उन्होंने इन्ने इंसेंटिव दे सकते हो, उन्होंने हर साल इनकम इंक्रीज कर सकते हो, किसानों की क्यों नहीं कर सकते जी। इतने सिर्फ यही सवाल बनता है ना, अगर सरकार लोगों की नहीं हैगी दैन है किसी की, एंड अगर सरकार लोगों की नहीं है दैन की इंडिया एक डेमोक्रेसी भी क्या जा सकता है इस पॉइंट पे? डेमोक्रेसी का हुन बड़ा मुश्किल है कहना इस चीज जी। गल इसी तरह जारी रहेगी, तुसी किथे ना जाओ, टिकरी बॉर्डर तो प्रोग्राम तो नाल पेश कर रहे हैं, मिल रहे हैं ब्रेक तो उस पार। ब्रेक तो बस आए दा स्वागत, तुसी वेख रहे हो प्रोग्राम अज दा मुद्दा, टिकरी बॉर्डर पहुंचे हुए हैं, इत्थे सेवावां भी चल रही हैं, प्रोग्राम भी चल रहे हैं, ते साडे नाल बैठे हैं एडवोकेट वीर संधू जी। संधू जी, ब्रेक तो पहले तुसी अपने ऑर्डर भी दे रहे सी, तुहाडी कुछ डिलीवरीज आ रही हैं कंबला दी, इट्स रियली गुड टू सी यू इन एक्शन, बट हुण तुसी साडे नाल जुड़े हो, व्यूअर्स नूं तुसी जानकारी प्रोवाइड कर रहे हो इन एक्ट्स बारे, की सानू अगे एक्सपैक्ट करना चाहिए उहदे बारे मैं गल करना चाहुंदी, बट सारी इनफॉर्मेशन इत्थे खत्म नहीं हुई, इन्नी ज्यादा जानकारी हैगी जो देन बनदी है। संशोधन किया गया, हुण जदों तुसीं एसेंशियल कमोडिटीज एक्ट दे भी संशोधन कर दिता ते उह चीज दे बारे तुहानूं इक उस एक्ट दे विच जिहदे नाल कोई लेना देना नहीं है, जिहड़ी गल किसानां ते वपारियां दे विचकार दे एग्रीमेंट दी कर रही है, उस एक्ट के पाने की सीगा। जिदा मैं तुहानू सैक्शन 7 च दस रहा सीगा कि इन्होंने पहला कहता भी स्टेट एक्ट नहीं लगेगा, स्टेट एक्ट के नाल की होया कि सर वो APMC मंडी गई थोड़ा सारा चला गया, बस वह सैक्शन 7 का दूसरे पार्ट के भी जो कहती है कि जेकर थोड़ा कोई भी कॉन्ट्रैक्ट हुंदा उस कॉन्ट्रैक्ट इस एक्ट के अकॉर्डिंगली उस कॉन्ट्रैक्ट के थ्रू तुसी कोई प्रोड्यूस खरीदते हो तो उसनू होल्ड करन दी थोड़े को अनलिमिटेड पावर है जी। ਇਹਦਾ ਮਤਲਬ ਦੇਖੋ ਕਿਸਾਨ ਨੇ ਤਾਂ ਫਸਲ ਵੇਚਣੀ ਉਹਨੇ ਤਾਂ ਰੱਖਣੀ ਨਹੀਂ,
ਜੀ ਬਿਲਕੁਲ ਤੇ ਇਹ ਅਨਲਿਮਿਟਿਡ ਪਾਵਰ ਜੇ ਕਿਸ ਬੰਦੇ ਨੂੰ ਦੇ ਰਹੇ ਹੋ ਕਾਰਪੋਰੇਸ਼ਨ ਨੂੰ ਦੇ ਰਹੇ ਹੋ ਕਿਸਾਨਾਂ ਦਾ ਤਾਂ ਕੋਈ ਫੇਵਰ ਨਹੀਂ ਹੋ ਰਿਹਾ ਤੁਹਾਡਾ ਜੀ 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 ਤੇ ਵੱਡੇ ਵੱਡੇ ਸਾਈਲੋਜ਼ ਵੀ ਕਿਸਾਨ ਨਹੀਂ ਬਣਾ ਰਹੇ ਕਾਰਪੋਰੇਟਸ ਬਣਾ ਰਹੇ ਹਨ ਕਿਸਾਨ ਕੋਲ ਤਾਂ ਮੰਡੀ ਵਿੱਚ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਜੀ ਜੀ ਉਹ ਸਾਈਲੋ ਕਿੱਥੋਂ ਬਣਾਏਗਾ ਉਹਨੂੰ ਤਾਂ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲ ਰਿਹਾ ਹੈਗਾ ਜੀ ਤੇ ਇਹ ਜਿਹੜਾ ਉਹਨਾਂ ਨੇ ਅਨਲਿਮਿਟਿਡ ਪਾਵਰ ਦਿੱਤੀ ਹੈ ਇਹ ਇਸ ਦੇ ਵਿੱਚ ਦੇਖੋ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਇੰਨੀ ਨਹੀਂ ਕਰ ਸਕਦੇ ਸੀਗੇ ਜੀ ਜੀ ਇਸੇ ਕਰਕੇ ਸਾਰੀ ਡੈਫੀਨੇਸ਼ਨਾਂ ਦੀ ਜਿਹੜੀ ਮੈਨੂਪੂਲੇਸ਼ਨਾਂ ਹੋ ਰਹੀਆਂ ਨੇ ਫੂਡ ਪ੍ਰੋਡਿਊਸ ਦੀ ਵੀ ਮੈਨੂਪੂਲੇਸ਼ਨ ਇਸੇ ਕਰਕੇ ਹੋਈ ਜੀ ਤਾਂ ਜੋ ਕਿ ਉਹ ਸੈਕਸ਼ਨ 7 ਦੇ ਵਿੱਚ ਉਹਨਾਂ ਨੇ ਸਟੇਟ ਐਕਟ ਹਟਾ ਦਿੱਤਾ ਤੇ ਦੂਸਰਾ ਇਹਨਾਂ ਨੇ ਅਨਲਿਮਿਟਿਡ ਪਾਵਰ ਦਿੱਤੀ ਹੁਣ ਤੁਸੀਂ ਇਹ ਚੀਜ਼ ਹੋਰ ਦੇਖੋ ਕਿਸੇ ਵੀ ਕਿਸਾਨ ਨੂੰ ਪੁੱਛ ਲਓ ਇਹ ਜਿਹੜੇ ਸਾਈਲੋਜ਼ ਸੀਗੇ ਪਿਛਲੇ ਸਾਲ ਦੇ ਬਣੇ ਹੋਏ ਆ ਜੀ ਜੀ ਠੀਕ ਹੈ ਜੀ APMC ਐਕਟ ਦੇ ਅੰਡਰ ਇਹ ਹੈਗਾ ਕਿ ਜਿਹੜਾ APMC ਐਕਟ ਦੇ ਲਾਗੇ ਛਾਗੇ ਦੀ ਜ਼ਮੀਨ ਹੈ ਨਾ ਉੱਥੇ ਕੋਈ ਵਿਦਆਊਟ ਦੇਅਰ ਪਰਮਿਸ਼ਨ ਸਟੋਰੇਜ ਨਹੀਂ ਬਣਾ ਸਕਦਾ ਜੀ ਪਰ ਇਹਨਾਂ ਨੇ ਸਟੋਰੇਜ ਵੀ ਬਣਾ ਲਏ ਚੇਂਜ ਆਫ ਲੈਂਡ ਯੂਜ਼ ਵੀ ਕਰ ਲਿਆ ਹੋਰ ਸਭ ਕੁਝ ਮਤਲਬ ਸਾਰਿਆਂ ਨੇ ਮਿਲ ਕੇ ਸਭ ਕੁਝ ਕਰ ਦਿੱਤਾ ਉਹਨਾਂ ਨੇ APMC ਐਕਟ ਮਤਲਬ ਡਾਇਰੈਕਟਲੀ ਵਿਦ ਵਟ ਆਈ ਕੈਨ ਸੇ ਕਿ ਇਹਨਾਂ ਦੀ ਕੰਸਟਰਕਸ਼ਨ ਹੀ ਇਲੀਗਲ ਹੈ ਜੀ ਅੱਛਾ ਜੀ This is coming from a top tier advocate ki a jo silos han inna di construction matlab inna nu permission leni paini si kyunki hun je unna da APMC act de accordingly mandi de lage shak aa reha hai ode vich keh reha tusi unna di permission to bina storage banai nahi sakde ji ji te is cheez di clarity ta kithe vi nahi hai sandhu ji jithe inter trade di gal aundi hai ek eho ji cheez sanu sunan nu mil rahi hai ki kisan nu ta dekho ji azadi deti puri qisam di unna nu freedom deti ede bare tusi ki dass sakde ho ਦੇਖੋ ਇਸ ਦੇ ਵਿੱਚ ਇੱਕ ਇਹ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਮੈਂ ਆਜ਼ਾਦੀ ਦੇ ਦਿੱਤੀ ਆਜ਼ਾਦੀ ਦੇ ਦਿੱਤੀ ਦਾ ਮਤਲਬ ਇਹ ਸੀਗਾ ਕਿ ਪਹਿਲਾਂ ਰੋਕ ਹੋਏਗੀ ਰੋਕ ਦੇ ਲਈ ਕੋਈ ਲਾਅ ਹੋਏਗਾ ਜੀ ਤੇ ਆਜ਼ਾਦੀ ਦੇਣੀ ਸੀਗੀ ਤੇ ਸਭ ਤੋਂ ਸੌਖਾ ਤਰੀਕਾ ਇਹ ਸੀਗਾ ਕਿ ਤੁਸੀਂ ਜਿਹੜਾ ਲਾਅ ਉਸਨੂੰ ਰੋਕ ਰਿਹਾ ਸੀ ਉਸ ਨੂੰ ਅਬੋਲਿਸ਼ ਕਰੋ ਉਹ ਅਬੋਲਿਸ਼ ਹੋਇਆ ਨਹੀਂ ਨਾ ਇਹਨਾਂ ਨੇ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਕੋਈ ਇੱਦਾਂ ਦਾ ਲਾਅ ਸੀਗਾ ਹੀ ਨਹੀਂ ਕਿਸਾਨ ਪਹਿਲਾਂ ਵੀ ਫ੍ਰੀ ਸੀਗਾ ਅੱਛਾ ਜੀ 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 ਕਿਸਾਨ ਪਹਿਲਾਂ ਵੀ ਫ੍ਰੀ ਸੀਗਾ ਉਹ ਤਾਂ ਪਹਿਲਾਂ ਕੋਈ ਲਾਅ ਹੀ ਨਹੀਂ ਸੀਗਾ ਅਦਰਵਾਈਜ਼ ਇਹਨਾਂ ਦੇ ਐਕਟ ਦੇ ਵਿੱਚ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਇਹ ਲਾਅ ਅਬੋਲਿਸ਼ ਕਰ ਦਿੱਤਾ ਹੁਣ ਕਿਸਾਨ ਜਿੱਥੇ ਮਰਜ਼ੀ ਜਾ ਸਕਦਾ ਹੈ ਜੀ ਪਰ ਉਹਨਾਂ ਨੇ ਅਬੋਲਿਸ਼ ਤਾਂ ਕੋਈ ਕੀਤਾ ਹੀ ਨਹੀਂ ਨਵਾਂ ਲਾਅ ਬਣਾ ਦਿੱਤਾ ਜਦੋਂ ਉਹਨਾਂ ਨੂੰ ਪੁੱਛਦੇ ਪੁਰਾਣਾ ਲਾਅ ਬਾਰੇ ਦੱਸੋ ਕਿਹੜਾ ਲਾਅ ਸੀ ਜਿਹੜਾ ਇਹਨੂੰ ਰੋਕਦਾ ਸੀਗਾ ਜੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਹੈਗੇ ਵੈਰੀ ਇੰਟਰਸਟਿੰਗ ਸਟਫ ਸੰਧੂ ਜੀ ਇੱਕ ਹੋਰ ਮੀਟਿੰਗ ਤੈਅ ਕੀਤੀ ਗਈ ਹੈ 8 ਤਰੀਕ ਲਈ ਹਰ ਇੱਕ ਦਾ ਹੁਣ ਇਹੋ ਹੀ ਸਵਾਲ ਹੈ ਕਿਸ ਤਰ੍ਹਾਂ ਇਸ ਚੀਜ਼ ਦਾ ਕੋਈ ਹੱਲ ਮਿਲ ਸਕਦਾ ਹੈ ਕਿਸ ਤਰ੍ਹਾਂ ਇਸ ਸੰਘਰਸ਼ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਹੈ ਇੰਨੇ ਦਿਨਾਂ ਤੋਂ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਮਾਵਾਂ ਧੀਆਂ ਇੱਥੇ ਬੈਠੇ ਹੋਏ ਨੇ ਇੰਨੀ ਸਰਦੀ ਹੈਗੀ ਆਪਾਂ ਖੁਦ ਤੁਹਾਨੂੰ ਬਾਰਡਰ ਤੋਂ ਇਹ ਰਿਪੋਰਟ ਪ੍ਰੋਵਾਈਡ ਕਰ ਰਹੇ ਹਾਂ ਕੰਡੀਸ਼ਨਸ ਡਿਫਿਕਲਟ ਹਨ ਲੋਕਾਂ ਦਾ ਹੌਸਲਾ ਭਾਵੇਂ ਬੁਲੰਦ ਹੋਏ ਇੱਥੇ ਦੀ ਕੰਡੀਸ਼ਨਸ ਬਹੁਤ ਹੀ ਡਿਫਿਕਲਟ ਹਨ ਤੁਹਾਨੂੰ ਕੀ ਲੱਗਦਾ ਇਸ ਮੀਟਿੰਗ 'ਚੋਂ ਕੁਝ ਨਿਕਲ ਸਕਦਾ ਹੈ ਦੇਖੋ ਕਿਸਾਨਾਂ ਦਾ ਜਿਹੜਾ ਕਹਿਣਾ ਹੈ ਨਾ ਦੇਖੋ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਇਹ ਸਾਰੇ ਇੱਕ ਵਨ ਸਾਈਡਡ ਐਕਟ ਬਣਿਆ ਹੈਗਾ ਜਿਹੜਾ ਕਿਸਾਨ ਹਰ ਕਿਸੇ ਮੈਂ ਕੋਈ ਨਵੀਂ ਗੱਲ ਨਹੀਂ ਕਰ ਰਿਹਾ ਇਹ ਕਿਸਾਨ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਦੇ ਰੌਲਾ ਪਾ ਰਿਹਾ ਕਿ ਇਹ ਵਨ ਸਾਈਡਡ ਐਕਟ ਹੈਗਾ ਤੇ ਇਸ ਦਾ ਜਿਹੜਾ ਉਹਨਾਂ ਦਾ ਪ੍ਰੋਟੈਸਟ ਹੈ ਤੇ ਜਿਹੜੀ ਉਹਨਾਂ ਦੀ ਡਿਮਾਂਡ ਵੀ ਬਿਲਕੁਲ ਸਹੀ ਹੈ ਕਿ ਇਹ ਤੁਸੀਂ ਅਬੋਲਿਸ਼ ਹੀ ਹੋਣਗੇ ਤਾਂ ਹੀ ਕੰਮ ਖਤਮ ਹੋਏਗਾ ਅਬੋਲਿਸ਼ ਕਰਕੇ ਤੁਹਾਡੀ ਇੰਟੈਂਸ਼ਨ ਕਲੀਅਰ ਹੈਗੀ ਹੈ ਤੁਸੀਂ ਜਥੇਬੰਦੀਆਂ ਅੱਜ ਬੈਠੀਆਂ ਨੇ ਤੁਸੀਂ ਕਹੋ ਜੀ ਅੱਜ ਅਸੀਂ ਅਬੋਲਿਸ਼ ਕਰਤਾ ਪਰ ਅਸੀਂ ਇਹ ਐਕਟ ਬਣਾਉਣਾ ਉਸੇ ਵੇਲੇ ਬੋਲੋ ਦੱਸੋ ਜੀ ਕੀ ਚੀਜ਼ ਹੈ ਨਵਾਂ ਐਕਟ ਬਣਾਵਾਂਗੇ ਤੁਹਾਡੀ ਮਰਜ਼ੀ ਦੇ ਹਿਸਾਬ ਨਾਲ ਬਣਾਵਾਂਗੇ ਜੀ ਇਹਦਾ ਸੋਲੂਸ਼ਨ ਸਿਰਫ ਇੰਨਾ ਹੀ ਹੈ ਕਿਉਂਕਿ ਪੁਰਾਣੇ ਐਕਟ ਨੂੰ ਜੇ ਤੁਸੀਂ ਅਮੈਂਡ ਕਰੋਗੇ ਤਾਂ ਸਾਰਾ ਹੀ ਅਮੈਂਡ ਹੋ ਜਾਏਗਾ ਤੇ ਫਿਰ ਉਹ ਤਾਂ ਨਵਾਂ ਹੀ ਬਣ ਗਿਆ ਨਵਾਂ ਬਣ ਗਿਆ ਬਟ ਸਰ ਤੁਸੀਂ ਇੱਕ ਐਡਵੋਕੇਟ ਹੈਗੇ ਸਾਨੂੰ ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਸ਼ਾਇਦ ਇਹਦੇ ਵਿੱਚ ਕੋਈ ਅਗਰ ਸਟੇ ਦਿੱਤੀ ਜਾਏ ਉਹਦੇ ਨਾਲ ਐਟਲੀਸਟ ਇਨ ਲਾਜ਼ ਨੂੰ ਅੱਗੇ ਤਾਂ ਨਹੀਂ ਇਹ ਵਧਣਗੇ ਇਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋਏਗੀ ਸਟੇ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਇਹ ਹੈ ਜਿੱਥੇ ਤੱਕ ਮੇਰੀ ਨੋਲੇਜ ਹੈਗੀ ਹੈ ਜਦੋਂ ਕਨਸਟੀਟਿਊਸ਼ਨਲ ਵੈਲਿਡਿਟੀ ਸੀ ਚੈਲੰਜ ਕਰਦੇ ਆ ਨਾ ਉਸ ਕੇਸ ਦੇ ਵਿੱਚ ਇਹ ਹੁੰਦਾ ਹੈ ਕਿ ਸਟੇ ਕੋਰਟਸ ਨਹੀਂ ਕਰਦੀਆਂ ਨਾਰਮਲੀ ਜੀ ਕਿਉਂਕਿ ਉਹ ਕਹਿੰਦੇ ਠੀਕ ਹੈ ਕਨਸਟੀਟਿਊਸ਼ਨਲ ਵੈਲਿਡਿਟੀ ਹੈ ਇਹਨੂੰ ਚੱਲਣ ਦਿਓ ਤੇ ਤੁਸੀਂ ਅਸੀਂ ਦੇਖਾਂਗੇ ਇਹਨੂੰ ਅਬੋਲਿਸ਼ ਕਰਨਾ ਕਿ ਨਹੀਂ ਕਰਨਾ ਤੇ ਉਸ ਕੇਸ ਦੇ ਵਿੱਚ ਸਟੇ ਹੋਣ ਦੇ ਚਾਂਸਿਸ ਬਹੁਤ ਘੱਟ ਨੇ ਤੇ ਕੋਰਟ ਦੇ ਵਿੱਚ ਜੇ ਮੈਟਰ ਲੰਬਾ ਚ ਖਿੱਚ ਗਿਆ ਤੇ ਇਹ ਵਿਚਾਰੇ 19 ਦੇਰ ਤੱਕ ਤਾਂ ਬੈਠ ਨਹੀਂ ਸਕਦੇ ਨਾ ਇੰਸਟੈਂਟ ਰਿਲੀਫ ਸਿਰਫ ਇਹ ਹੀ ਹੈ ਕਿ ਇਹ ਐਕਟ ਅਬੋਲਿਸ਼ ਕੀਤੇ ਜਾਣ ਜੀ ਹਾਂ ਸਰਕਾਰ ਚਾਹੁੰਦੀ ਹੈ ਕਿ ਮੈਂ ਕਿਸਾਨਾਂ ਦੇ ਫੇਵਰ 'ਚ ਕੰਮ ਕਰਨਾ ਚਾਹੁੰਦੀ ਹਾਂ ਅੱਜ ਅਬੋਲਿਸ਼ ਕਰ ਦੇਣ ਕੱਲ੍ਹ ਨੂੰ ਬੁਲਾ ਲੈਣ ਭਾਵੇਂ ਸਾਨੂੰ ਕਹਿਣ 1 ਮਹੀਨਾ ਤੁਸੀਂ ਬੈਠ ਕੇ ਸਾਡੇ ਨਾਲ ਐਕਟ ਬਣਾਓ ਅਸੀਂ ਇੱਥੇ ਬੈਠ ਕੇ 1 ਮਹੀਨਾ ਬੈਠ ਕੇ ਤੁਹਾਡੇ ਨਾਲ ਐਕਟ ਬਣਾਉਣ ਨੂੰ ਤਿਆਰ ਹੈ ਜੀ ਤੁਹਾਡੀ ਜੇ ਤੁਹਾਨੂੰ ਅਰਜੈਂਸੀ ਹੈ ਜੀ ਪਰ ਇਹ
बट सर इत्थे तां इह जरूर सानूं कहना चाहिदा ना, किसान भावें रेडी होण, एक महीना, तीन महीने, एक साल लग जाए बह के गल करके एक्ट्स नूं रीडिजाइन करन लई, बट की कारपोरेट्स उस चीज़ दे नाल सहमति रख सकदे नहीं? कारपोरेट्स ते जिन्नी इन्वेस्टमेंट हो चुकी है जी, ओह जो इन्वेस्टमेंट कर चुकी है, क्योंकि उन्हां नूं एश्योरेंस सी इह एक्ट पास होएगा, ਉਹਨਾਂ ਨੇ ਸਾਈਲੋ ਬਣਾ ਦਿੱਤੇ ਹੁਣ ਜੇਕਰ ਜਿਸ ਤਰ੍ਹਾਂ ਤੁਸੀਂ ਕਿਹਾ ਗੈਰ ਕਾਨੂੰਨੀ ਸਾਈਲੋ ਹਾਂ ਨਹੀਂ ਜਿਸ ਤਰ੍ਹਾਂ ਹੁਣ ਸਾਡੇ ਕਿਸੇ ਵੀ ਅਸੀਂ ਆਪਣੀ ਦੇਸੀ ਭਾਸ਼ਾ 'ਚ ਕਹੀਏ ਕਿ ਯਾਰ ਮੈਂ ਤਾਂ ਸਾਈਲੋ ਬਣਾ ਲਏ ਤਾਂ ਉਹਨਾਂ ਨੇ ਕਹਿਣਾ ਤੂੰ ਸਾਡੇ ਤੋਂ ਪੁੱਛ ਕੇ ਬਣਾਏ ਸੀਗੇ ਜੀ 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 ਤੇ ਹੁਣ ਉਹ ਇਹ ਗੱਲ ਤਾਂ ਕਾਰਪੋਰੇਟ ਕਹਿ ਨਹੀਂ ਸਕਦੇ ਸੀ ਕਿ ਨਹੀਂ ਮੈਂ ਗਵਰਨਮੈਂਟ ਨੂੰ ਪੁੱਛ ਕੇ ਬਣਾਏ ਆ ਜੀ ਬਿਲਕੁਲ ਬਿਲਕੁਲ ਦੇਖੋ ਉਹਨਾਂ ਦੀ ਹਜ਼ਾਰ ਟਨ ਦੀ ਨਹੀਂ ਉਹਨਾਂ ਦੀ ਲੱਖਾਂ ਟਨਾਂ ਦੀ ਕਪੈਸਿਟੀ ਹੈ ਸਟੋਰ ਕਰਨ ਦੀ ਜੀ ਜੇ ਤੁਹਾਨੂੰ ਐਸ਼ੋਰੈਂਸ ਸੀਗੀ ਕਿ ਤੁਸੀਂ ਕਰ ਸਕਦੇ ਹੋ ਕਿਉਂਕਿ ਅਦਰਵਾਈਜ਼ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਵਿੱਚ ਤੁਹਾਡੇ ਉੱਤੇ ਪ੍ਰੋਹਿਬਿਸ਼ਨ ਸੀ, ਤੁਸੀਂ ਕਰ ਹੀ ਨਹੀਂ ਸਕਦੇ ਜੀ। ਜੇ ਤੁਹਾਨੂੰ ਕਿਸੇ ਨੇ ਕਿਹਾ ਸੀ ਤੂੰ ਬਣਾ ਲਾ ਕੋਈ ਗੱਲ ਨਹੀਂ ਤੈਨੂੰ ਇਹ ਰੜਕਾ ਵੀ ਅਸੀਂ ਕੱਢ ਦਿਆਂਗੇ ਜੀ, ਤਾਂ ਹੀ ਉਹਨਾਂ ਨੇ ਬਣਾਇਆ ਜੀ। ਜੀ 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 ਬਿਲਕੁਲ। ਵਾਂਸ ਅਗੇਨ ਇਨ ਐਕਟਸ ਨੂੰ ਲੈ ਕੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ, ਬਟ ਸਾਨੂੰ ਇਹ ਜ਼ਰੂਰ ਪਤਾ ਲੱਗਿਆ ਕਿ ਤੁਹਾਡੇ ਕੋਲ ਇੱਕ ਐਕਸਪਰਟ ਲੈਵਲ ਦੀ ਨੌਲੇਜ ਹੈ, ਬਟ ਇੱਥੇ ਇਸ ਗਰਾਊਂਡ ਲੈਵਲ ਦੀ ਰਿਐਲਿਟੀ ਹੈ ਕਿ ਬੱਚੇ ਨੂੰ ਉਹ ਸਾਰੇ ਮੇਨ ਪੁਆਇੰਟਸ ਪਤਾ ਹਨ ਕਿ ਕਿਉਂ ਇਹ ਬਿੱਲਸ ਦਾ ਰੱਦ ਹੋਣਾ ਚਾਹੀਦਾ ਹੈ। ਉਹ ਸਾਨੂੰ ਇਹ ਚੀਜ਼ਾਂ ਦੱਸ ਵੀ ਰਹੇ ਹਨ, ਕੌਨਫੀਡੈਂਟਲੀ ਦੱਸ ਰਹੇ ਕਿ ਸਾਨੂੰ ਪਤਾ ਹੈ ਕਿ ਇਹ ਬਿੱਲਸ ਇੰਨੇ ਖਰਾਬ ਕਿਉਂ, ਇੰਨੇ ਮਾੜੇ ਕਿਉਂ ਹਨ, ਅਤੇ ਸਾਨੂੰ ਕਿਸਾਨੀ ਨੂੰ ਬਚਾਉਣ ਲਈ ਇਹਨਾਂ ਲਈ ਕੀ ਚਾਹੀਦਾ, ਕੀ ਸਾਡੀ ਮੰਗਾਂ ਹੈਗੀ ਇਸ ਸਰਕਾਰ ਲਈ। ਸਾਡੀ ਉਮੀਦ ਹੈ ਕਿ ਸਰਕਾਰ ਇਨ ਮੰਗਾਂ ਨੂੰ ਸੁਣੇ ਅਤੇ ਇਹਨਾਂ 'ਤੇ ਐਕਟ ਛੇਤੀ ਤੋਂ ਛੇਤੀ ਕਰੇ। ਇੱਕ ਵਾਰੀ ਫਿਰ ਟਿਕਰੀ ਬਾਰਡਰ ਤੋਂ ਇਹ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕਰੇ, ਐਡਵੋਕੇਟ ਵੀਰ ਸੰਧੂ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹਨ। ਥੈਂਕ ਯੂ ਸੋ ਮੱਚ ਸੰਧੂ ਜੀ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ, ਜ਼ਰੂਰ ਤੁਸੀਂ ਵਾਪਸ ਆ ਕੇ ਸਾਡੇ ਨਾਲ ਗੱਲ ਕਰੋ ਅਤੇ ਜੋ ਤੁਹਾਡੀ ਸੇਵਾ ਹੈਗੀ ਇੱਥੇ ਉਹਨੂੰ ਤੁਸੀਂ ਜ਼ਰੂਰ ਜਾਰੀ ਰੱਖੋ, ਬਹੁਤ ਉਹਦੀ ਲੋੜ ਹੈ। ਕਰ ਰਹੇ ਨੇ ਜੀ ਸੇਵਾ, ਅਸੀਂ ਕੋਈ ਨਹੀਂ ਕਰ ਰਹੇ। ਦੇਖੋ ਸਭ ਤੋਂ ਜ਼ਿਆਦਾ ਸੇਵਾ ਦਾ ਸੰਘਰਸ਼ ਕਰ ਰਹੇ ਕਿਸਾਨ ਕਰ ਰਹੇ ਨੇ, ਜਿਹੜੇ ਇੰਨੀ ਠੰਡ ਦੇ ਵਿੱਚ ਬਾਹਰ ਬੈਠੇ ਨੇ, ਘਰ ਬਾਹਰ ਛੱਡ ਕੇ ਬੈਠੇ ਨੇ। ਜੀ ਮੈਂ ਘਰ ਜਾ ਕੇ ਸੌਂ ਜਾਂਦਾ ਵਧੀਆ ਤਰੀਕੇ ਦੇ ਨਾਲ, ਮੈਨੂੰ ਉੱਥੇ ਜਾ ਕੇ ਜਦੋਂ ਠੰਡ ਲੱਗਦੀ ਤੇ ਫਿਰ ਮੈਨੂੰ ਲੱਗਦਾ ਯਾਰ ਨਹੀਂ ਵੀ ਉਹ ਉੱਥੇ ਉਹਨਾਂ ਦੇ ਕੀ ਬੀਤਰੀ ਹੋਏ। ਜੀ ਜੀ ਇਹ ਸਹੀ ਗੱਲ ਹੈ, ਇਸ ਨੂੰ ਇਮੇਜਿਨ ਕਰਨਾ ਜਦੋਂ ਤੁਸੀਂ ਇੱਥੋਂ ਜਾ ਕੇ ਘਰ ਜਾ ਕੇ ਬੈਠਦੇ ਹੋ ਨਾ, ਮਤਲਬ ਮੈਂ ਹੁਣ ਬੈਠਾ ਮੈਨੂੰ ਠੰਡ ਲੱਗ ਰਹੀ ਹੈ ਪਰ ਇਹਨਾਂ ਨੇ ਸਾਰੀ ਰਾਤ ਇੱਥੇ ਸੌਣਾ ਵੀ ਹੈ। ਜੀ ਬਿਲਕੁਲ ਇਹ ਸਹੀ ਗੱਲ ਹੈ। ਸੋ ਇਹ ਤੁਹਾਡਾ ਤੁਸੀਂ ਕਹਿ ਲਓ ਲਾਸਟ ਵਰਡ ਆਪਾਂ ਕਹਿ ਸਕਦੇ ਹਾਂ, ਤੁਸੀਂ ਸਾਨੂੰ ਵਾਚ ਕਰ ਰਹੇ ਹੋ, ਹੋਪਫੁਲੀ ਸੇਫ ਐਂਡ ਸਾਊਂਡ ਐਂਡ ਵਾਰਮ। ਇੱਥੇ ਇੰਨੀ ਵਾਰਮਥ ਨਹੀਂ ਹੈਗੀ ਬਟ ਜਿੱਦਾਂ ਮੈਂ ਕਿਹਾ ਹੌਸਲੇ ਬੁਲੰਦ ਹਨ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਪ੍ਰੋਗਰਾਮ, ਤੁਹਾਡੇ ਨਾਲ ਇਸੇ ਤਰ੍ਹਾਂ ਪੇਸ਼ ਕਰਦੇ ਰਹਾਂਗੇ, ਬਟ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।